ਨਾਮ ਵੀ ਜਿਹੜਾ ਵੀਰਾਂ ਤੋਂ ਇੰਸਪਾਇਰ ਆ, ਵੀਰਾਂ ਆਪਣੇ ਗਾਣਿਆਂ ਗੁਣਿਆਂ 'ਚ ਲੈਂਦਾ ਰਹਿੰਦਾ ਸੀ ਮਿਲ ਕੇ, ਹੈ ਨਾ। ਬਾਕੀ ਕਹਿ ਸਕਦੇ ਹੋ ਕਿ ਵੀਰੇ ਦੀ ਵੀ ਡੀਲਰਸ਼ਿਪ ਉੱਨੀ ਹੈ ਜਿੰਨੀ ਸਾਡੀ ਆ, ਉਹਨਾਂ ਦੀ ਵੀ ਉੱਨੀ ਆ, ਅਤੇ ਸਾਡੀ ਉਹ ਹੈਲਪ ਕਰਦੇ ਹਰ ਇੱਕ ਚੀਜ਼ ਦੇ ਵਿੱਚ, ਮਾਰਕੀਟਿੰਗ ਦੇ ਵਿੱਚ ਸਾਡੀ ਬਹੁਤ ਹੈਲਪ ਕਰਦੇ ਆ। ਫਿਰ ਉਹੀ ਆ ਗਈ ਨਾ, ਫਿਰ ਉਹੀ ਤਾਂ ਸੱਚਾਈ ਦੀ ਆਪਾਂ ਗੱਲ ਕਰ ਰਹੇ ਕਿ ਉਹ ਸੱਚਾਈ ਖੁੱਲ੍ਹ ਕੇ ਨਹੀਂ ਆਉਂਦੀ। ਕੋਈ ਨਹੀਂ, ਅੱਜ ਆਪਾਂ ਜਿਵੇਂ ਵੀ ਕਹੋਗੇ ਤੁਸੀਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਲਾਏ ਆਪਾਂ ਉਹਨਾਂ ਵਿੱਚੋਂ ਨਹੀਂ ਕੰਟਰੋਵਰਸੀ ਕਰਕੇ ਚੱਲੀਏ, ਹੈ ਨਾ। ਵੀ ਲਓ ਕੰਮ ਵੀ ਕਰੋ, ਜਿਵੇਂ ਹੁਣ ਅਸੀਂ ਕੰਮ ਵੀ ਕੀਤਾ, ਗੱਡੀਆਂ ਦੇ ਸ਼ੌਂਕ ਵੀ ਪੂਰਾ ਕੀਤਾ। ਬਹੁਤ ਵੱਡੀ ਗੱਲ ਹੁੰਦਾ ਗਈ ਨਾ, ਅਤੇ ਤੁਸੀਂ ਆਪਾਂ ਵੈਸੇ ਗੱਲ ਤਾਂ ਕਰਨ ਬੈਠੇ ਸੀਗੇ ਕਿ ਕਿਸੇ ਬਿਜ਼ਨਸ ਬਾਰੇ। ਬਿਲਕੁਲ, ਪੰਜਾਬੀ ਹੈ ਜੀ ਆਪਾਂ, ਪਹਿਲੀ ਗੱਲ ਤਾਂ ਇਹੀ ਰਹਿੰਦੀ ਆ, ਕਿਸੇ ਦਾ ਦੁੱਖ ਦਰਦ ਦੇਖਿਆ ਨਹੀਂ ਜਾਂਦਾ, ਠੀਕ ਆ। ਫਿਰ ਇਹ ਹੁੰਦਾ ਕਿ ਸਾਨੂੰ ਇਹ ਹੁੰਦਾ ਕਿ ਅੱਜ ਅੱਗ ਕਿਸੇ ਦੇ ਘਰ ਲੱਗੀ ਆ, ਕੱਲ੍ਹ ਨੂੰ ਸਾਡੇ ਵੀ ਲੱਗ ਸਕਦੀ ਆ। ਤਾਂ ਕਰਕੇ ਕੋਈ ਵੀ ਪ੍ਰੋਟੈਸਟ ਹੋਵੇ, ਕੋਈ ਵੀ ਕੁਛ ਹੋਵੇ, ਆਪਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ। ਜਦੋਂ ਸਿੱਧੂ ਬਾਈ ਦੀ ਚਲੋ ਡੈਥ ਹੋਈ, ਉਹ ਦੋ ਇੱਕ ਅੱਧੇ ਦਿਨ ਬਾਅਦ ਹੀ ਅਸੀਂ ਕੈਂਡਲ ਲਾਈਟ ਵਿਗਲ ਕੀਤਾ ਸੀਗਾ। ਪਰ ਇਹ ਤਾਂ ਨਹੀਂ ਫਿਰ ਤੁਸੀਂ ਸਾਡੇ ਵਰਗੇ ਕੋਲ ਪੈਸੇ ਕੱਢੀ ਜਾਂਦੇ? ਨਹੀਂ ਨਹੀਂ, ਹੋਰ ਵੀ ਬਹੁਤ ਕੁਛ ਚੱਲਦਾ ਟਾਇਰਾਂ ਦੇ ਨਾਲ, ਕਈ ਲੋਕ ਫੋਨ ਵੀ ਗਿਫਟ ਕਰਦੇ ਆ, ਏਅਰਪੋਰਟ ਵੀ ਕਰਦੇ ਆ, ਬਹੁਤ ਕੁਛ ਚੱਲਦਾ ਜੇ ਤੁਸੀਂ ਦੇਖੋ। ਬਟ ਹਾਂ, ਆਪਣੇ ਕੁਛ ਲੋਕਾਂ ਜਿਵੇਂ ਮੈਂ ਤੁਹਾਨੂੰ ਦੱਸਿਆ, ਇਹਨੂੰ ਥੋੜ੍ਹਾ ਜਿਹਾ ਇਹ ਵੀ ਇੱਕ ਰਿਸ਼ਤਾ ਕੋ ਸਿੰਦਰ ਬਣਨਾ, ਤਾਂ ਰਿਸ਼ਤੇ ਨੂੰ ਖਰਾਬ ਕਰਤਾ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਦ ਅਨਮੋਲ ਚੋਪੜਾ ਸ਼ੋ। ਅੱਜ ਦਾ ਜਿਹੜਾ ਪੋਡਕਾਸਟ ਆ, ਮੈਨੂੰ ਲੱਗਦਾ ਯਾਰ ਪੰਜਾਬੀ ਬੰਦੇ ਨਾ ਜਿਹੜੇ ਹਮੇਸ਼ਾ ਗੱਡੀਆਂ ਦੇ ਸ਼ੌਕੀਨ, ਹਮੇਸ਼ਾ ਅਸੀਂ ਕਹਿ ਲਓ ਸਟੂਡੈਂਟਾਂ ਨੂੰ ਲੈ ਲਓ, ਭਾਵੇਂ ਆਪਣੇ ਪੰਜਾਬੀ ਆਪਣੇ ਖੂਨ ਦੇ ਵਿੱਚ ਇਹ ਗੱਡੀਆਂ ਨਾਲ ਪਿਆਰ ਆ, ਹੈ ਨਾ। ਪਰ ਜਦੋਂ ਵੀ ਗੱਡੀਆਂ ਦੀ ਗੱਲ ਹੁੰਦੀ ਆ ਯਾਰ, ਹਮੇਸ਼ਾ ਸੋਸ਼ਲ ਮੀਡੀਆ 'ਤੇ ਦੇਖੀਦਾ, ਕਦੇ ਕੋਈ ਚੱਲਦੀ ਪਈ ਕੋਈ ਗੱਲ, ਕਦੀ ਕੋਈ ਕੰਟਰੋਵਰਸੀ ਚੱਲਦੀ ਪਈ, ਕਦੀ ਕੁਛ ਚੱਲਦਾ ਪਿਆ। ਸੋ ਮੈਨੂੰ ਇੱਦਾਂ ਲੱਗਦਾ ਸੀ ਕਿ ਯਾਰ ਪੋਡਕਾਸਟ ਬਣਾਉਣਾ ਜ਼ਰੂਰੀ ਆ। ਕਿਉਂ? ਕਿਉਂਕਿ ਇੱਕ ਤਾਂ ਨੌਲੇਜ ਹੋ ਜੂਗੀ ਆਪਣੇ ਵਰਗੇ ਬੰਦਿਆਂ ਨੂੰ, ਅਤੇ ਦੂਜੀ ਗੱਲ ਇਹ ਆ ਕਿ ਯਾਰ ਅਸੀਂ ਜਿਹੜੇ ਮਿਸਗਾਈਡ ਜੇ ਹੁੰਦੇ ਪਏ ਆ ਨਾ, ਉਹ ਥੋੜ੍ਹੀ ਜਿਹੀ ਪਿਕਚਰ ਕਲੀਅਰ ਹੋ ਜੂਗੀ ਕਿ ਯਾਰ ਕਿੰਨੀ ਕੁ ਸੱਚਾਈ ਹੈ ਇਸ ਇੰਡਸਟਰੀ ਦੇ ਵਿੱਚ, ਕਿੰਨਾ ਕੁ ਸੱਚ ਸਾਡੇ ਬੰਦਿਆਂ ਨੂੰ ਦਿਖਾਇਆ ਜਾ ਰਿਹਾ, ਹੈ ਨਾ, ਅਤੇ ਇਹਦੇ ਪਿੱਛੇ ਵਾਲੀ ਸੱਚਾਈ ਕੀ ਹੈ। ਸੋ ਜਿਹੜੇ ਅੱਜ ਦੇ ਗੈਸਟ ਨੇ, ਬਾਈ ਇਕੱਲਾ ਐਕਚੁਅਲੀ ਗੱਡੀਆਂ ਦਾ ਕੰਮ ਨਹੀਂ ਕਰ ਰਹੇ, ਬਾਈ ਹੋਰ ਚੀਜ਼ਾਂ 'ਚ ਵੀ ਬਹੁਤ ਪਏ ਹੋਏ ਨੇ। ਬਾਈ ਨੂੰ ਦੇਖੀਦਾ ਯਾਰ ਪ੍ਰੋਟੈਸਟ 'ਤੇ ਕਦੇ ਜਾ ਰਹੇ ਆਪਣੇ ਪੰਜਾਬੀ ਭਰਾਵਾਂ ਦੇ ਲਈ, ਹੈ ਨਾ, ਜਾਂ ਕਦੇ ਉੱਦਾਂ ਵੀ ਦੇਖੀਦਾ ਸੋਸ਼ਲ ਮੀਡੀਆ 'ਤੇ ਕੁਛ ਨਾ ਕੁਛ ਚੀਜ਼ਾਂ ਨੂੰ ਲੈ ਕੇ ਐਕਟਿਵ ਰਹਿੰਦੇ ਨੇ। ਭਾਵੇਂ ਕਹਿ ਲਓ ਸਪੋਂਸਰਸ਼ਿਪਸ ਨੂੰ, ਆਪਣੇ ਪੰਜਾਬੀ ਸਿੰਗਰਾਂ ਦੇ ਗਾਣਿਆਂ ਦੀ ਗੱਲ ਹੁੰਦੀ ਆ, ਉਦੋਂ ਵੀ ਬਾਈ ਮੋਹਰੇ ਹੁੰਦਾ। ਸੋ ਅੱਜ ਦੇ ਗੈਸਟ, ਲੈਸ ਵੈਲਕਮ ਹਨੀ ਭਾਅ ਜੀ, ਯਾ ਬੇਬੀ ਕਲੱਬ ਤੋਂ। ਭਾਅ ਜੀ ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਨੀ ਆ, ਯਾ ਬੇਬੀ ਮੋਟਰ ਕਲੱਬ ਤੋਂ। ਅਤੇ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਬਾਈ ਜੀ ਆਏ ਆਪਣੇ ਨਾਲ, ਅਤੇ ਗੱਲ ਕਰਨੀ ਜ਼ਰੂਰੀ ਵੀ ਆ। ਬਿਲਕੁਲ ਵੀਰੇ, ਪਤਾ ਕਿੱਦਾਂ, ਜਦੋਂ ਹੁਣ ਮੈਂ ਸੋਚਦਾ ਪਿਆ ਸੀਗਾ ਕਿ ਯਾਰ ਪਹਿਲੇ 10 ਪੋਡਕਾਸਟ ਕਿਹੜੇ ਹੋਣੇ ਚਾਹੀਦੇ, ਮੈਨੂੰ ਇਹ ਸੀਗਾ ਕਿ ਯਾਰ ਉੱਦਾਂ ਦੇ ਟੋਪਿਕ ਹੋਣ ਜਿਹੜੀ ਸਾਨੂੰ ਜ਼ਰੂਰਤ ਹੈ ਚੀਜ਼ਾਂ ਦੀ, ਹੈ ਨਾ। ਸੋ ਇਹ ਕਾਰਾਂ ਦਾ ਟੋਪਿਕ, ਇਹ ਹੁਣ ਜ਼ਰੂਰਤ ਹੈ ਸਾਡੇ ਸਾਰਿਆਂ ਦੀ, ਹੈ ਨਾ। ਬਿਲਕੁਲ, ਕਿਉਂਕਿ ਇਹਦੇ ਵਿੱਚ ਕੀ ਆ ਕਿ ਸੱਚਾਈ ਕਿਸੇ ਨੂੰ ਨਹੀਂ ਪਤਾ, ਝੂਠ ਬਹੁਤ ਬੋਲਿਆ ਜਾਂਦਾ, ਫਿਰ ਇਹ ਕੀ ਆ, ਲੋਕ ਮਿਸਅੰਡਰਸਟੂਡ ਬਹੁਤ ਕਰਦੇ ਆ, ਦੱਸਿਆ ਕੁਛ ਹੋਰ ਜਾਂਦਾ, ਹੁੰਦਾ ਕੁਛ ਹੋਰ ਆ। ਕੋਈ ਨਹੀਂ, ਅੱਜ ਆਪਾਂ ਜਿਵੇਂ ਵੀ ਕਹੋਗੇ ਤੁਸੀਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਆਪਾਂ ਤਾਂ ਵੈਸੇ ਹੀ ਕੁਛ ਨਹੀਂ ਲੁਕੋਈਦਾ, ਅਤੇ ਅੱਜ ਤਾਂ ਆਪਾਂ ਵੈਸੇ ਹੀ ਫਿਰ ਸਾਰੇ ਪਰਦੇ ਖੋਲ੍ਹਾਂ, ਬਾਕੀ ਸਹੀ ਜਗ੍ਹਾ ਅੱਜ ਬਾਈ ਵੀ ਆ ਗਿਆ ਗਾ, ਅਤੇ ਸਹੀ ਗੱਲਾਂ ਆਪਾਂ ਅੱਜ ਕਰਾਂਗੇ। ਬਿਲਕੁਲ ਵੀਰੇ, ਤੁਸੀਂ ਉੱਦਾਂ ਕਿੱਦਾਂ ਗੱਡੀਆਂ ਗੁੱਡੀਆਂ 'ਚ ਕਹਿ ਲਓ ਤੁਸੀਂ ਕਿੱਦਾਂ ਪੈ ਗਏ? ਓਕੇ, ਆਪਣਾ ਫਰੈਂਡ ਸੀਗਾ ਜੀ, ਉਹ ਗੱਡੀਆਂ ਦਾ ਕੰਮ ਕਰਦਾ ਸੀਗਾ, ਆਪਾਂ ਨੂੰ ਵੀ ਗੱਡੀਆਂ ਦਾ ਸ਼ੌਂਕ ਸੀਗਾ, ਉਹਦੇ ਤੋਂ ਆਪਾਂ ਘੱਟੋ ਘੱਟ ਨਹੀਂ ਤਾਂ ਲਾਈਕ ਜਿਵੇਂ ਹਰ ਹਫ਼ਤੇ ਇੱਕ ਅੱਧੀ ਗੱਡੀ ਕੋਈ ਆਪਦੇ ਫਰੈਂਡ ਨੂੰ ਦਵਾਤੀ, ਆਪਾਂ ਵੀ ਚੇਂਜ ਕਰਦੇ ਰਹਿੰਦੇ ਸੀਗੇ। ਜਦੋਂ ਉਹਨੂੰ ਪਤਾ ਲੱਗਿਆ ਕਿ ਆਪਾਂ ਗੱਡੀਆਂ ਗੁੱਡੀਆਂ ਚੇਂਜ ਕਰਦੇ ਰਹਿੰਦੇ ਹਾਂ, ਵਧੀਆ ਸਰਕਲ ਆ, ਮਹੀਨੇ 'ਚ 2-4 ਗੱਡੀਆਂ 5 ਗੱਡੀਆਂ ਲੈ ਕੇ ਜਾਂਦੇ ਹਾਂ, ਤਾਂ ਉਹਨੇ ਮੈਨੂੰ ਕਿਹਾ ਕਿ ਤੂੰ ਸਾਡੇ ਨਾਲ ਆ ਕੇ ਕੰਮ ਕਰ। ਬਸ ਉੱਥੋਂ ਫਨ ਦੇ ਵਿੱਚ ਕੰਮ ਸ਼ੁਰੂ ਹੋਇਆ, ਬੈਠਣਾ ਸ਼ੁਰੂ ਕਰਤਾ, ਅਤੇ ਸਾਰੇ ਜਾਣਦੇ ਹੀ ਆ ਨਾ, ਜਿਹਦੇ ਨਾਲ ਮੈਂ ਸ਼ੁਰੂ ਕੀਤਾ ਸੀਗਾ, ਵਧੀਆ ਫਤਿਹ ਉਹਦਾ ਨਾਮ, ਉਹਦੇ ਨਾਲ ਸ਼ੁਰੂ ਕੀਤਾ ਸੀਗਾ, ਉਹਦੇ ਨਾਲ ਕੁਨਾਲ, ਸੌਰਵ ਸਾਰੇ ਅੱਜ ਵੀ ਇਕੱਠੇ ਆਪਾਂ ਕੰਮ ਕਰ ਰਹੇ ਹਾਂ, ਉਹਨਾਂ ਨਾਲ ਸ਼ੁਰੂ ਕੀਤਾ ਸੀਗਾ, ਬਹੁਤ ਵਧੀਆ ਰਿਹਾ ਐਕਸਪੀਰੀਅੰਸ। ਬਟ ਇਹ ਹੈ ਕਿ ਹੁਣ ਆਪਦੇ ਕੰਮ ਦੀ ਲੋੜ ਸੀਗੀ, ਆਪਾਂ ਆਪਦਾ ਕੰਮ ਸ਼ੁਰੂ ਕਰ ਲਿਆ। ਪਰ ਮੈਨੂੰ ਤੁਹਾਡੀ ਇੱਕ ਗੱਲ ਵਧੀਆ ਲੱਗੀ, ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ, ਕਹਿੰਦੇ ਯਾਰ ਆਪਾਂ ਕੰਟਰੋਵਰਸੀਜ਼ ਨੂੰ ਲੈ ਕੇ ਆਪਾਂ ਉਹਨਾਂ ਚੀਜ਼ਾਂ ਤੋਂ ਅਲੱਗ ਰਹਿਣਾ, ਆਪਾਂ ਸਿੰਪਲ ਜੀ ਆਪਣੀ ਗੱਲਬਾਤ ਕਰਾਂਗੇ, ਜਿਹੜੇ ਕਹਿ ਲਓ ਚੀਜ਼ਾਂ ਜ਼ਰੂਰੀ ਨੇ ਉਹਨਾਂ ਨੂੰ ਡਿਸਕਸ਼ਨ ਕਰਾਂਗੇ ਜੀ। ਕੰਟਰੋਵਰਸੀ ਕੀ, ਉਹ ਤਾਂ ਚੱਲਦੀ ਰਹਿੰਦੀ ਆ ਨਾ, ਮਲਾਏ ਆਪਾਂ ਉਹਨਾਂ ਵਿੱਚੋਂ ਨਹੀਂ, ਜੇ ਕੰਟਰੋਵਰਸੀ ਕਰਕੇ ਚੱਲੀਏ, ਹੈ ਨਾ, ਆਪਾਂ ਉਹਨਾਂ ਤੋਂ ਦੂਰ ਰਹਿੰਦੇ ਹਾਂ, ਅਤੇ ਬਾਕੀ ਉਮੀਦ ਕਰਦੇ ਆ ਸਾਰੇ ਭਰਾ ਦੂਰ ਹੀ ਰਹਿਣ ਤਾਂ ਚੰਗੀ ਗੱਲ ਆ ਉਹਦੇ ਤੋਂ। ਪਰ ਵੀਰੇ ਤੁਸੀਂ ਸਟੂਡੈਂਟ ਆਏ ਸੀਗੇ? ਮੈਂ ਵਰਕ 'ਤੇ ਆਇਆ ਸੀਗਾ, ਮਤਲਬ ਵਿਜ਼ਟਰ ਆਇਆ ਸੀ ਆਪਣੀ ਸਿਸਟਰ ਕੋਲ, ਬਸ ਫਿਰ ਉੱਥੋਂ ਚੇਂਜ ਕਰਵਾਇਆ ਆਪਾਂ। ਸਹੀ ਹੈ, ਸਹੀ ਹੈ, ਸਹੀ ਹੈ। ਪਰ ਵੀਰੇ ਉੱਦਾਂ ਸੱਚਾਈ, ਬਾਕੀ ਉੱਦਾਂ ਦੇਖਿਆ ਜਾਵੇ ਸੱਚਾਈ ਹੈ ਕਿੰਨੀ ਕੁ ਇਸ ਇੰਡਸਟਰੀ ਦੇ ਵਿੱਚ? ਓਕੇ, ਹੁਣ ਸੱਚਾਈ ਕਈਆਂ ਦੇ ਵਿੱਚ, ਤੁਸੀਂ ਕਿਸ ਤਰ੍ਹਾਂ ਦੀ ਪੁੱਛਣੀ ਚਾਹੁੰਦੇ ਹੋ ਸੱਚਾਈ? ਜਿਹੜੀ ਅਸਲੀ ਸੱਚਾਈ ਆ, ਸੱਚਾਈ ਇਹ ਹੈ ਜੀ ਕਿ ਓਲਾ ਬਹੁਤ ਇੱਕ ਦਾ, ਲੋਕਾਂ ਨੂੰ ਲੱਗਦਾ ਇਹ 'ਚ ਪੈਸੇ ਬਚਦੇ ਆ, ਬਟ ਉਨਾ ਕੁਛ ਕੱਢਣ ਪਾਉਣ ਨੂੰ ਹੈ ਨਹੀਂ।
ठीक है ठीक है, आप जाके अगे गलबात करांगे उस चीज़ बारे भी किन्ने क पैसे बचते आ किन्ने क नहीं बचते। दूजी गल आ कई डीलर हैगे आ जिहड़ा थोड़ा जा गलत गड्डियां लिया के भी सैल करते आ, बट मोस्टली इदां दा है नहीं गा। इनू इंडस्ट्री नू बदनाम ज़्यादा किया जाता, जो एक बंदे का काम नहीं चलता वो दूजे नू बदनाम करता, फिर दो रल के एक नू करते, एक रल के दोवां ते बदनाम करता, वो चीज़ ज़्यादा चलती है। वैसे इन्ना कुछ है नहीं गा, पर हुण देखिया जावे रीसेंटली थोड़ी जिहा ज़्यादा चीज़ा हो गई। वैसे मैं हुण जे मैं 5 साल पहला की गल करा, हुण जदों असीं आए सीगे है ना, उदों गड्डियां दा क्रेज़ तां शुरू तो ही अपने पंजाबियों दे, बट उदों इह चीज़ां घट दिखदी हुंदी सी कि यार कि अपने बंदे अपने नू खिच्ची जा रहे, जां कह लो सोशल मीडिया दे उत्ते इन्नी खुल के सीगे नहीं असीं, उदों सोशल मीडिया इन्ना खुल के नहीं सीगा। हुण की आ बच्चे इत्थे आउंदे आ पेज वगैरह बन जांदे आ है ना, ते दूजी गल आ कि डीलरशिपां दे वी पेज बणे आ। पहलां जे तुसीं देखो अज तों 2-4-5 साल पहलां डीलरशिपां दे पेज नहीं हुंदे सीगे, कंटैक्ट ते गड्डियां वेखदियां सीगियां। हुण की आ डीलरशिप बाद चों खुलदी आ, पेज पहलां बन जांदे आ। फिर हरेक नूं इह हुंदा कि असीं आपदा पेज चलाइए असीं आपदा पेज चलाइए, तो उह फिर एक कॉन्ट्रोवर्शियल चीज़ लै के आउंदी आ। चलदा साडे नाल भी चलदा इह चीज़ हुंदी आ, बट उहदे च कोई सच्चाई है नहीं गी। जो कई बार की आ प्रजेंट कीता जांदा उह हुंदा नहीं उह, ठीक है, बस इह आ। पर तुसीं जदों हुण लैसे हुण अपना काम शुरू कर लिया ना, पहले तो चलो पार्टनरशिप सी, हुण जदों दी अपना काम, उदों किन्नी क औखी कह लो काम होया, किन्ना क तंगियां आईयां? तंगियां बहुत आ जी, औखा बहुत आ, जिन्ना लगदा सौखा सौखा है नहीं गा। गड्डियां लभनियां, पोर्टल लभने, बैंकां नाल कंटैक्ट करना, डीलरशिपां खड़ियां करनियां, बहुत औखा, ठीक है। फिर गल इह हुंदी है कि कल्ले पैसे नाल भी काम नहीं चलदा, ठीक है। पैसा बिल्कुल, कई भरा साडे सीगे जिहड़े पैसा लाउण नूं रैडी भी सी, हुण भी रैडी हैगे आ, असीं आप भी लाई जांदे, बट कल्ले पैसे नाल काम नहीं चलदे। होर बहुत कुछ हुंदा, लिंक जरूरी आ। सब तों वड्डी गल कॉम्पीटिशन, अजकल कॉम्पीटिशन बहुत हो गया गा है ना। तुसीं देखिआ ही है कि रीसेंटली मैं कहिंदा पिछले 2 महीनिआं दे विच 10-12 डीलरशिपां नवीआं खुल चुकीआं। ਉਹ ਰੀਜ਼ਨ ਉਹ ਤੁਸੀਂ, ਮੈਨੂੰ ਲੱਗਦਾ ਵਨ ਆਫ ਤੁਸੀਂ ਵੀ ਰੀਜ਼ਨ ਹੋ, ਕਿਉਂਕਿ ਤੁਸੀਂ ਵੀ ਪਹਿਲਾਂ ਜਦੋਂ ਤੁਸੀਂ ਸੀਗੇ ਤੁਸੀਂ ਵੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਐਕਟਿਵ ਸੀਗੇ ਹੈ ਨਾ, ਕਿਉਂਕਿ ਗੱਡੀਆਂ ਉਦੋਂ ਸੋਸ਼ਲ ਮੀਡੀਆ ਇੱਕੋ ਦਮੇ ਫੇਸ ਫੜ ਲਈ ਡੀਲਰਸ਼ਿਪ ਨੂੰ ਲੈ ਕੇ ਹੈ ਨਾ। ਨਹੀਂ ਸਾਡੇ 'ਚ ਵੀ ਹੈ ਜੀ, ਅਸੀਂ ਸਾਰੇ ਭਰਾ ਕੰਮ ਕਰਦੇ ਸੀਗੇ, ਅਸੀਂ 10-12 ਜਾਣੇ, ਅਤੇ 10-12 ਦੇ ਵਿੱਚੋਂ ਮੇਰੇ ਖਿਆਲ ਨਾਲ 6 ਡੀਲਰਸ਼ਿਪਾਂ ਖੁੱਲ ਚੁੱਕੀਆਂ ਹੈਗੀਆਂ ਸਾਡੇ 12 ਜਾਣਿਆਂ ਵਿੱਚੋਂ। ਹਰੇਕ ਨੇ ਕੰਮ ਕਰਨਾ, ਵਧੀਆ ਗੱਲ ਵੀ ਆ, ਕਰਨਾ ਵੀ ਚਾਹੀਦਾ, ਹਰੇਕ ਆਪਦਾ ਕੰਮ ਕਰੀ ਵੀ ਜਾਂਦਾ ਗਾ, ਹਰੇਕ ਦੀ ਆਪਦੀ ਕਲਾਇੰਟ ਬੇਸ ਆ, ਹਰੇਕ ਦਾ ਆਪਦਾ ਲਿੰਕ ਆ, ਬਟ ਇਹ ਕੰਪੀਟੀਸ਼ਨ ਵਧੀ ਜਾਂਦਾ। ਉਸ ਚੀਜ਼ ਨੂੰ ਤੁਸੀਂ ਕੰਪੀਟੀਸ਼ਨ ਨਹੀਂ ਰੋਕ ਸਕਦੇ, ਹਰੇਕ ਨੇ ਆਪਦਾ ਕੰਮ ਕਰਨਾ ਬਿਲਕੁਲ ਸਹੀ ਆ, ਬਟ ਫਿਰ ਕਲਾਇੰਟ ਵੀ ਤਾਂ ਉਨੇ ਕੀ ਜਾਂਦਾ। ਪਰ ਉਹ ਕੰਪੀਟੀਸ਼ਨ ਦੇ ਵਿੱਚ ਸਾਡੇ ਵਰਗੇ ਕਲਾਇੰਟ ਥੋੜ੍ਹੇ ਜਿਹੇ ਮਿਸਗਾਈਡ ਹੋ ਜਾਂਦੇ ਆ, ਬਿਲਕੁਲ ਹੋ ਜਾਂਦੇ ਆ। ਕੰਪੀਟੀਸ਼ਨ ਕਹਿ ਲਓ ਕੰਪੀਟੀਸ਼ਨ ਡੀਲਰਸ ਦੇ ਵਿੱਚ ਆ, ਉਹ ਅਖੀਰ ਆਉਂਦਾ ਕਾਹਦੇ ਦੇ ਉੱਤੇ ਆ, ਉਹ ਸਟੂਡੈਂਟਾਂ ਦੇ ਉੱਤੇ ਆ ਜਾਂਦਾ ਸਟੂਡੈਂਟ, ਕਿਉਂਕਿ ਸਟੂਡੈਂਟ ਮੈਂ ਤਾਂ ਕਹਿੰਦਾ ਪਿਆ, ਹੁਣ ਗੱਡੀਆਂ ਤਾਂ ਹਰ ਬੰਦੇ ਲੈ ਰਿਹਾ ਰੇਟ, ਬਟ ਸਟੂਡੈਂਟ ਮੈਂ ਤਾਂ ਕਹਿ ਰਿਹਾ ਕਿਉਂਕਿ ਅਸੀਂ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਨੂੰ ਜ਼ਿਆਦਾ ਫੋਲੋ ਕਰਦੇ ਹਾਂ। ਬਿਲਕੁਲ ਨਹੀਂ, ਸਟੂਡੈਂਟ ਬੇਸ ਕਲਾਇੰਟ ਵੀ ਜ਼ਿਆਦਾ ਨੇ ਆਉਂਦੇ ਸਰ, ਕਈ ਜਿਹੜੇ ਆਪਣੇ ਪਹਿਲਾਂ ਵਾਲੇ ਲੋਕ ਆ ਜਾਂ PR ਲੋਕ ਆ, ਉਹ ਥੋੜ੍ਹਾ ਜਿਹਾ ਘੱਟ ਪ੍ਰੈਫਰ ਕਰਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਪਹਿਲਾਂ ਆਪਦੇ ਘਰ ਬਾਰ ਲੈ ਲਈਏ, ਸਾਰਾ ਕੁਝ ਲੈ ਲਈਏ, ਬਟ ਮੈਂ ਵੀ ਉਹਨਾਂ ਦੇ ਵਿੱਚੋਂ ਹਾਂ ਅਤੇ ਆਪਣੇ ਨਵੇਂ ਲੋਕ ਵੀ ਉਹਨਾਂ ਦੇ ਵਿੱਚੋਂ ਆ, ਕਿ ਉਹਨਾਂ ਦਾ ਗੱਡੀਆਂ ਸ਼ੌਂਕ ਵਗੈਰਾ ਜਲਦੀ ਪੂਰੇ ਕਰੀਏ ਫਿਰ ਘਰਾਂ ਵੱਲ ਦੇਖਦੇ ਆ। ਸਹੀ ਵੀ ਆ, ਸਾਡੀ ਉਮਰ ਆ ਨਾ, ਬਿਲਕੁਲ ਕਿਤੇ ਕਿਤੇ ਸਹੀ ਵੀ ਆ, ਕਿਤੇ ਕਿਤੇ ਨਹੀਂ ਵੀ ਹੈਗਾ ਨਾ। ਕਦੇ ਅਸੀਂ ਸੋਚਦੇ ਹਾਂ ਕਿ ਜਿੰਨਾ ਪੈਸਾ ਅਸੀਂ ਗੱਡੀਆਂ 'ਤੇ ਖਰਾਬ ਕਰਦੇ ਹਾਂ ਜਾਂ ਹੋਰ ਚੀਜ਼ਾਂ 'ਤੇ ਕਰਦੇ ਹਾਂ ਉਹਨਾਂ ਦੇ ਘਰ ਲੈ ਲਈਏ, ਬਟ ਫਿਰ ਸੋਚਦੇ ਹਾਂ ਕਿ ਘਰ ਤਾਂ ਲੈ ਹੀ ਲੈਣੇ ਆ, ਆ ਸ਼ੌਂਕ ਜਿਹੜਾ ਟਾਈਮ ਹੈ ਨਿਕਲ ਗਿਆ ਨਾ, ਇਹ ਦੁਬਾਰਾ ਨਹੀਂ ਆਉਣਾ। ਤਾਂ ਕਰਕੇ ਫਿਰ ਦੋਵੇਂ ਚੀਜ਼ਾਂ ਨੂੰ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ, ਗੱਡੀਆਂ ਵੀ ਲਓ ਕੰਮ ਵੀ ਕਰੋ, ਜਿਵੇਂ ਹੁਣ ਅਸੀਂ ਕੰਮ ਵੀ ਕੀਤਾ ਗੱਡੀਆਂ ਦੇ ਸ਼ੌਂਕ ਵੀ ਪੂਰਾ ਕੀਤੇ ਅਤੇ ਹੌਲੀ ਹੌਲੀ ਚਲੋ ਘਰਾਂ ਵੱਲ ਵੀ ਹੋ ਜਾਂਦਾ। ਪਰ ਵੀਰੇ ਇੱਕ ਹੋਰ ਚੀਜ਼ ਆ, ਹੁਣ ਇੱਕ ਨਾ ਹੁਣ ਅਸੀਂ ਕੇਂਬਰਿਜ ਰਹਿੰਦੇ ਹਾਂ ਰਾਈਟ, ਸੋ ਸਾਨੂੰ ਇਹ ਹੁੰਦਾ ਕਿ ਅਸੀਂ ਜਦੋਂ ਗੱਡੀਆਂ ਦੇ ਪ੍ਰਾਈਜ਼ ਉੱਧਰ ਦੇਖੀਦੇ ਥੋੜ੍ਹਾ ਡਿਫਰੈਂਸ ਲੱਗਦਾ, ਥੋੜ੍ਹੇ ਬ੍ਰੈਂਪਟਨ ਤੋਂ ਬਾਹਰ ਨੂੰ ਜਾਈਦਾ ਨਾ, ਪਤਾ ਨਹੀਂ ਕਿ ਸਾਨੂੰ ਲੱਗਦਾ ਵਾ ਕਿ ਐਕਚੁਲੀ ਹੈਗਾ, ਪਰ ਇਹ ਦੇਖਿਆ ਜਾਂਦਾ ਕਿ ਯਾਰ ਬ੍ਰੈਂਪਟਨ ਦੇ ਵਿੱਚ ਗੱਡੀਆਂ ਮਾੜੀਆਂ ਜਿਹੀਆਂ ਮਹਿੰਗੀਆਂ, ਜਾਂ ਤਾਂ ਹੁਣ ਪਤਾ ਨਹੀਂ ਚੀਜ਼ ਉਹੀ ਸੇਮ ਮਹਿੰਗੀ ਆ ਕਿ ਕੀ ਹਿਸਾਬ ਆ ਉਹਦਾ, ਕੀ ਹੋ ਸਕਦਾ। ਬਟ ਇੱਕ ਲੌਜਿਕ ਵਾਲੀ ਗੱਲ ਵੀ ਹੈ ਕਿ ਜਿੱਥੇ ਡਿਮਾਂਡ ਜ਼ਿਆਦਾ ਹੋਊਗੀ ਹੈ ਨਾ, ਉੱਥੇ ਪ੍ਰਾਈਜ਼ ਥੋੜ੍ਹਾ ਜਿਹਾ ਅੱਪ ਚਲਾ ਹੀ ਜਾਂਦਾ। ਉਹ ਸਾਡੀ ਇੰਡਸਟਰੀ ਦੀ ਗੱਲ ਨਹੀਂ, ਉਹ ਕਿਸੇ ਵੀ ਚੀਜ਼ ਦੀ ਹੋਵੇ, ਜਿੱਥੇ ਡਿਮਾਂਡ ਜ਼ਿਆਦਾ ਉੱਥੇ ਪ੍ਰਾਈਜ਼ ਅੱਪ ਹੋ ਹੀ ਜਾਣਾ, ਠੀਕ ਆ, ਬਟ ਜ਼ਿਆਦਾ ਫਰਕ ਨਹੀਂ ਹੁੰਦਾ। ਦੂਜੀਆਂ ਕੀ ਆ ਕਿ ਜਦੋਂ ਤੁਸੀਂ ਬਾਹਰ ਜਾਂਦੇ ਆ ਜਾਂ ਕਈ ਡੀਲਰ ਕੀ ਕਰਦੇ ਆ, ਉਹ ਗੱਡੀ ਨੂੰ ਲੋ ਦਿਖਾ ਦਿੰਦੇ ਆ ਤੁਹਾਨੂੰ ਬੁਲਾਉਣ ਵਾਸਤੇ, ਜੇ ਲਾਈਕ ਸਪੋਜ਼ ਕਰੋ 30,000 ਦੀ ਗੱਡੀ ਆ, ਜੇ ਅਸੀਂ 30 ਦੀ ਵੇਚਦੇ ਹਾਂ, ਉਹ ਮੋਸਟਲੀ ਡੀਲਰ 30 ਦੀ ਹੀ ਵੇਚ ਰਹੇ ਆ, ਬਟ ਕੁਛ ਡੀਲਰ ਉਹਨੂੰ ਸਟਰੈਟਜੀ ਕਹਿ ਲਓ ਜਾਂ ਕੋਈ ਵੀ ਚੀਜ਼ ਕਹਿ ਲਓ, ਉਹਨੂੰ 25,000 ਦੀ ਦਿਖਾ ਕੇ ਸਿਰਫ ਤੁਹਾਨੂੰ ਬੁਲਾਉਂਦੇ ਆ। ਉਸ ਤੋਂ ਬਾਅਦ ਬਹੁਤ ਕੁਛ ਹੁੰਦਾ ਜੀ, ਆਹ ਲੈ ਲਓ ਉਹ ਲੈ ਲਓ,
ਸਾਡੇ ਮੈਨੇਜਰ ਸਾਹਿਬ ਨਹੀਂ ਮੰਨਦੇ ਪਏ, ਪਿੱਛੋਂ ਅਪਰੂਵਲ ਨਹੀਂ ਆਈ, ਪਿੱਛੋਂ ਇਹ ਨਹੀਂ ਆਇਆ, ਉਹ ਉੱਥੇ ਹੀ ਕਹਾਣੀ ਆ ਜਾਂਦੀ ਆ। ਸਿਰਫ ਉਹ ਇੱਕ ਇਹ ਆ ਕਿ ਇੱਕ ਬਬਲ ਬਣਾਇਆ ਜਾਂਦਾ ਤੁਹਾਨੂੰ ਬੁਲਾਉਣ ਵਾਸਤੇ। ਪਰ ਫਿਰ ਉਹੀ ਉਹੀ ਆ ਗਈ ਨਾ, ਫਿਰ ਉਹੀ ਤਾਂ ਸੱਚਾਈ ਦੀ ਆਪਾਂ ਗੱਲ ਕਰ ਰਹੇ ਕਿ ਉਹ ਸੱਚਾਈ ਖੁੱਲ੍ਹ ਕੇ ਨਹੀਂ ਆਉਂਦੀ। ਹੁਣ ਮੈਂ ਪਿੱਛੇ ਦੇ ਇਹ ਦੇਖਦਾ ਪਿਆ ਸੀ, ਉਹ ਕਹਿੰਦੇ ਕਿ ਯਾਰ ਤੁਹਾਨੂੰ ਵਿੰਟਰ ਟਾਇਰ ਹਰੇਕ ਗੱਡੀ ਦੇ ਨਾਲ ਹੈ ਨਾ, ਬਹੁਤ ਚੀਜ਼ਾਂ, ਕਿਉਂਕਿ ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਨੋਟ ਈਵਨ ਕਿ ਅਸੀਂ ਤਾਂ ਚਲੋ ਕੈਨੇਡਾ ਬੈਠੇ, ਸਾਨੂੰ ਤਾਂ ਦਿਖਦੀਆਂ ਰਹਿੰਦੀਆਂ ਇਹ ਰੀਲਾਂ ਹੈ ਨਾ, ਜਾਂ ਅਸੀਂ ਚੀਜ਼ਾਂ ਦੇਖਦੇ ਰਹਿੰਦੇ। ਜਿਹੜੇ ਬੰਦੇ ਇੰਡੀਆ ਬੈਠੇ ਨਾ, ਉਹ ਵੀ ਇਹ ਚੀਜ਼ਾਂ ਸਾਨੂੰ ਦੱਸਦੇ, ਉਹ ਯਾਰ ਸਾਡੇ ਬਰੈਂਪਟਨ ਆਹ ਨਵੀਂ ਡੀਲਰਸ਼ਿਪ ਨੇ ਆਹ ਪਾਤਾ ਉਹ ਪਾਤਾ। ਸੋ ਉਹ ਚੀਜ਼ਾਂ ਉਹੀ ਹੈ ਨਾ, ਫਿਰ ਮਿਸਗਾਈਡ ਤਾਂ ਫਿਰ ਓਬਵੀਅਸਲੀ ਹੋ ਹੀ ਰਹੇ ਆ। ਇਹਦੇ 'ਚ ਹੁਣ ਦੋ ਪਹਿਲੂ ਆ, ਆਫਰ ਦੇਣੇ ਜ਼ਰੂਰੀ ਆ, ਹਰੇਕ ਇੰਡਸਟਰੀ ਦੇ ਵਿੱਚ ਜ਼ਰੂਰੀ ਆ, ਅਸੀਂ ਵੀ ਕਿਤੇ ਨਾ ਕਿਤੇ ਲਾਉਂਦੇ ਰਹਿੰਦੇ ਹਾਂ ਹੈ ਨਾ। ਬਟ ਹੁਣ ਇਹ ਡੀਲਰਸ਼ਿਪ 'ਤੇ ਡਿਪੈਂਡ ਕਰਦਾ, ਉਹ ਆਫਰ ਕਸਟਮਰ 'ਤੇ ਪਾ ਕੇ ਦੇ ਰਹੇ ਆ ਜਾਂ ਉਹ ਆਫਰ ਆਪਦੇ ਪ੍ਰੋਫਿਟ 'ਚੋਂ ਘਟਾ ਕੇ ਦੇ ਰਹੇ ਆ। ਮਤਲਬ ਜੇ ਅਸੀਂ ਹੁਣ ਟਾਇਰ ਫ੍ਰੀ ਲਾਉਂਦੇ ਹਾਂ, ਉਹ ਟਾਇਰ ਅਸੀਂ ਕਸਟਮਰ ਦੀ ਕਿਸ਼ਤ ਬਣਾ ਕੇ ਦੇ ਰਹੇ ਹਾਂ, ਜਾਂ ਅਸੀਂ ਜਿਹੜਾ ਸਾਨੂੰ 500-700 ਬਚਣਾ ਗਾ ਉਹ ਉਹਦੇ 'ਚੋਂ ਮਾਈਨਸ ਕਰਕੇ ਦੇ ਰਹੇ ਹਾਂ ਕਿ ਚੱਲ ਅਸੀਂ 700 ਬਚਾ ਲਵਾਂਗੇ 300 ਦੇ ਟਾਇਰ ਦੇ। ਇਹ ਚੀਜ਼ਾਂ ਦੇਖਣ ਵਾਲੀ ਆ, ਉਹ ਪਤਾ ਉਦੋਂ ਲੱਗਦਾ ਜਦੋਂ ਕਸਟਮਰ ਉਸ ਵਿੱਚ ਜਾਂਦਾ ਗਾ, ਪਤਾ ਲੱਗਦਾ ਕਿ ਦੂਜੀ ਗੱਡੀ ਕਿੰਨੇ ਦੀ ਵੇਖਦੀ ਪਈ ਆ, ਇੱਥੇ ਕਿੰਨੇ ਦੀ ਵੇਖਦੀ ਪਈ ਆ, ਉਦੋਂ ਜਾ ਕੇ ਪਤਾ ਲੱਗਦਾ। ਪਰ ਮੋਸਟਲੀ ਕੀ ਆ, ਡੀਲਰ ਕੀ ਕਰਦੇ ਆ, ਸਟੂਡੈਂਟਸ 'ਤੇ ਜਾਂ ਕਸਟਮਰ 'ਤੇ ਭਾਰ ਪਾ ਕੇ ਹੀ ਆਫਰ ਲਾਉਂਦੇ ਆ। ਜਿਵੇਂ ਟਾਇਰਾਂ ਦੀ ਗੱਲ ਕਰ ਲਓ, ਹੋਰ ਵੀ ਬਹੁਤ ਕੁਛ ਚੱਲਦਾ ਟਾਇਰਾਂ ਦੇ ਨਾਲ, ਕਈ ਲੋਕ ਫੋਨ ਵੀ ਗਿਫਟ ਕਰਦੇ ਆ, ਏਅਰਪੋਰਟ ਵੀ ਕਰਦੇ ਆ, ਬਹੁਤ ਕੁਛ ਚੱਲਦਾ ਜੇ ਤੁਸੀਂ ਦੇਖੋ। ਬਟ ਅਸੀਂ ਇਹ ਚੀਜ਼ਾਂ ਥੋੜ੍ਹਾ ਜਿਹਾ ਦੂਰ ਰਹਿੰਦੇ ਹਾਂ। ਬਿਲਕੁਲ, ਅਸੀਂ ਵੀ ਕਰਦੇ ਸੀਗੇ, ਕਰਦੇ ਵੀ ਹਾਂ, ਕਰਾਂਗੇ ਵੀ। ਆਫਰ ਲਾਉਣੇ ਜਿਵੇਂ ਤੁਹਾਨੂੰ ਦੱਸਿਆ ਜ਼ਰੂਰੀ ਆ। ਪਰ ਵੀਰੇ ਹੁਣ ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਆਪਣੇ ਪ੍ਰੋਫਿਟ 'ਚੋਂ ਘਟਾ ਕੇ ਜਾਂ ਹੈ ਨਾ, ਕਿ ਜੋ ਤੁਸੀਂ ਆਪਣੇ ਉੱਤੇ ਉਸ ਪ੍ਰੋਫਿਟ 'ਚੋਂ ਡਿਡਕਟ ਕਰਕੇ ਤੁਸੀਂ ਆਫਰ ਲਾਉਂਦੇ ਹੋ। ਮੈਂ ਪਿੱਛੇ ਜਿਹੇ ਦੇਖਦਾ ਪਿਆ ਸੀ, ਉਹ ਕਹਿੰਦੇ ਕਿ ਯਾਰ ਐਜ਼ ਅ ਕਾਰ ਡੀਲਰ ਤੁਸੀਂ $10-15,000 ਇੱਕ ਮਹੀਨੇ ਦਾ ਕਮਾ ਸਕਦੇ ਹੋ। ਉਹ ਕਿੰਨੀ ਕੁ ਹੈ ਉਹ ਕੀ ਗੱਲ? ਮੈਂ ਉਸ ਕਾਰ ਡੀਲਰਾਂ 'ਚ ਪਹੁੰਚਿਆ ਨੀਗਾ, ਬਟ ਮੈਨੂੰ ਲੱਗਦਾ ਨੀਗਾ ਜਦੋਂ ਦਾ, ਜਦੋਂ ਤੁਸੀਂ ਇੰਪਲਾਈ ਹੁੰਦੇ ਆ ਉਦੋਂ ਇੱਕ ਡਿਫਰੈਂਟ ਪਿਕਚਰ ਹੁੰਦੀ ਆ, ਠੀਕ ਹੈ। ਉਦੋਂ ਕੀ ਆ, ਤੁਹਾਨੂੰ ਤੁਸੀਂ ਗੱਡੀ ਵੇਚੀ, ਤੁਹਾਡਾ ਕਮਿਸ਼ਨ ਟੈਅ ਹੁੰਦਾ, ਉਹ ਗੱਡੀਆਂ ਨੂੰ ਜਿੰਨੇ ਵੇਚ ਕੇ ਉਹਦੇ ਨਾਲ ਮਲਟੀਪਲਾਈ ਕਰਕੇ ਤੁਹਾਨੂੰ ਐਟ ਦ ਐਂਡ ਪੈਸੇ ਮਿਲ ਜਾਂਦੇ ਆ। ਜਦੋਂ ਤੁਸੀਂ ਖੁਦ ਖੋਲ੍ਹਦੇ ਹੋ ਹੈ ਨਾ ਆਪਦੇ ਭਰਾਵਾਂ ਨਾਲ ਰਲ ਕੇ, ਉਦੋਂ ਪਿਕਚਰ ਇੱਕ ਟੋਟਲੀ ਡਿਫਰੈਂਟ ਹੋ ਜਾਂਦੀ ਆ। ਜੇ ਤੁਸੀਂ ਕਹੋ 10-15,000 ਕੋਈ ਵੀ ਬਚਾਉਂਦਾ ਪਿਆ, ਮੈਨੂੰ ਨਹੀਂ ਲੱਗਦਾ ਕੋਈ ਵੀ ਡੀਲਰਸ਼ਿਪ ਬਚਾ ਰਹੀ ਆ, ਉਹ ਤੁਸੀਂ ਨਾਮੀ ਡੀਲਰਸ਼ਿਪ ਹੋਵੇ, ਉਹ ਛੋਟੀ ਡੀਲਰਸ਼ਿਪ ਹੋਵੇ, ਬਿਲਕੁਲ 1,000-1,200 ਮੈਕਸੀਮਮ ਮਾਰਜਨ ਹੋ ਸਕਦਾ। ਜਿਹੜੇ ਸੇਲਸ ਪਰਸਨ ਆ, ਜਿਵੇਂ ਉਹਨਾਂ ਦੀ, ਜਿਵੇਂ ਤੁਸੀਂ ਕਹੋ 500-700,000 ਮੈਕਸ ਉਹਨਾਂ ਦੀ ਆ, 500-700 ਹੀ ਡੀਲਰ ਬਚਾਉਂਦਾ ਜਿਹਦੀ ਆਪਦੀ ਡੀਲਰਸ਼ਿਪ ਹੁੰਦੀ ਆ। ਅਸੀਂ ਵਰਕ ਕਿੱਥੇ ਕਰਦੇ ਹਾਂ, ਕੁਆਂਟਿਟੀ 'ਤੇ। ਜਿੰਨੀਆਂ ਜ਼ਿਆਦਾ ਗੱਡੀਆਂ ਨਿਕਲਦੀਆਂ ਉਨਾ ਤੁਹਾਡਾ ਜ਼ਿਆਦਾ ਫਾਇਦਾ ਹੈਗਾ। ਜੇ ਤੁਸੀਂ ਕਹੋ ਇੱਕ ਹੀ ਗੱਡੀ ਵੇਚ ਕੇ, ਉਹ ਕਹਿੰਦੇ ਹੁੰਦੇ ਨਾ ਇੱਕ ਹੀ ਮੁਰਗੀ ਨੂੰ ਤੁਸੀਂ ਵੱਢ ਲਓ, ਰੋਜ਼ ਦਾ ਹੈ ਨਾ ਅੰਡਾ ਖਤਮ ਹੋ ਜਾਂਦਾ, ਉਹ ਵਾਲਾ ਹਿਸਾਬ ਆ ਕਿ ਜੇ ਤੁਸੀਂ ਇੱਕ 'ਚੋਂ ਹੀ 10-12,000 ਕਮਾਉਣ ਲੱਗ ਪਏ, ਫਿਰ ਦੂਜਾ ਬੰਦਾ ਤੁਹਾਡੇ ਕੋਲ ਗੱਡੀ ਲੈਣ ਨਹੀਂ ਆਊਗਾ। ਅੱਜ ਨਹੀਂ ਤਾਂ ਕੱਲ੍ਹ ਉਹ ਗੱਲ ਖੋਲ੍ਹੀ ਜਾਣੀ, ਠੀਕ ਹੈ ਨਾ। ਜਿਹਨੂੰ 10-12,000 ਜੇ ਤੁਸੀਂ ਬਚਾ ਰਹੇ ਹੋ, ਭਾਰ ਕਿਹਦੇ 'ਤੇ ਪੈਣਾ? ਕਸਟਮਰ 'ਤੇ ਪੈਣਾ। ਭਾਰ ਕਿਹਦੇ 'ਤੇ ਪੈਣਾ? ਸਟੂਡੈਂਟ 'ਤੇ ਪੈਣਾ। ਅਸੀਂ 10,000 ਮਹਿੰਗੀ ਵੇਚ ਦਾਂਗੇ, ਉਹਨੇ ਕਿਤੋਂ ਹੋਰ ਲੈ ਲੈਣੀ ਆ? 10,000 ਦਾ ਮਤਲਬ ਹੁੰਦਾ ਘੱਟੋ ਘੱਟ ਨਹੀਂ ਤਾਂ $50 ਵੱਧ ਕਿਸ਼ਤ। ਤਾਂ ਜਿਹਨੂੰ $50 ਕਿਸ਼ਤ ਵੱਧ ਪੈ ਗਈ, ਤਾਂ ਉਹਨੂੰ ਪਤਾ ਲੱਗ ਹੀ ਜਾਣਾ ਹੈ ਕਿ ਵੀਰੇ ਮੇਰੀ ਕੀ ਹੋਇਆ ਕੀ ਨਹੀਂ ਹੋਇਆ। ਤਾਂ ਇਹ ਸਿਰਫ ਗੱਲਾਂ ਕਹਿਣ ਦੀਆਂ, 10-12,000-15,000 ਤਾਂ ਗੱਲਾਂ। ਹਾਂ, ਜੇ ਕਿਤੇ ਕੋਈ ਬਹੁਤ ਵੱਡੀ ਗੱਡੀ ਹੋਵੇ, ਕੋਈ ਲੈਂਬੋ ਹੋਵੇ, ਫਰਾਰੀ ਹੋਵੇ, ਬਿਲਕੁਲ ਉਹਨਾਂ 'ਚ ਬਚਾ ਸਕਦੇ ਹਾਂ ਤੁਸੀਂ। ਉਹਦੇ 'ਚ ਬਚਾਉਣੇ ਬਣਦੇ ਵੀ ਆ। ਜੇ ਤੁਸੀਂ 5,00,000 ਰੁਪਇਆ ਲਾ ਰਹੇ ਹਾਂ ਜਾਂ 3,00,000 ਰੁਪਇਆ ਲਾ ਰਹੇ ਹਾਂ, ਤਾਂ 10-12,000 ਬਿਲਕੁਲ ਬਚਾਉਂਦੇ ਹਾਂ। ਤੁਸੀਂ ਵੇਚਦੇ ਹੋ ਇਹ ਗੱਡੀ? ਬਿਲਕੁਲ ਵੇਚਦੇ ਹਾਂ ਜੀ, ਅਸੀਂ ਵੀ ਵੇਚਦੇ ਹਾਂ, 1-2-3 ਵੇਚੀਆਂ ਵੀ ਆ। ਅਤੇ ਬਟ ਹਾਂ, ਇੰਨਾ ਮਾਰਜਨ ਨਹੀਂ ਕੱਢ ਪਾਏ। ਕਿਉਂ? ਕਿਉਂਕਿ ਉਹ ਜਿਨ੍ਹਾਂ ਨੂੰ ਅਸੀਂ ਵੇਚੀਆਂ ਸਾਡੇ ਹੀ ਬੇਲੀ ਸੀਗੇ। ਕਈ ਵਾਰ ਕੀ ਹੁੰਦਾ ਕਿ ਤੁਹਾਡੇ ਕੋਲ ਲੋਕ ਗੱਡੀ ਲੱਭ ਕੇ ਹੀ ਆਉਂਦੇ ਆ, ਤੁਸੀਂ ਸਿਰਫ ਉਹਦੀ ਅਪਰੂਵਲ ਕਰਨੀ ਹੁੰਦੀ ਆ ਜਾਂ ਉਹਨਾਂ ਨੂੰ ਫਾਈਨੈਂਸ ਕਰਵਾ ਕੇ ਦੇਣਾ ਹੁੰਦਾ, ਤਾਂ ਉਦੋਂ ਤਾਂ ਸਾਰਾ ਕੁਛ ਪਿਕਚਰ ਕਲੀਅਰ ਹੁੰਦੀ ਆ। ਉਹਨਾਂ ਨੂੰ ਪਤਾ ਕਿ ਅਸੀਂ ਉੱਥੋਂ ਗੱਡੀ ਇੰਨੇ ਦੀ ਲੈ ਰਹੇ ਹਾਂ, ਉਹਦੇ 'ਚ ਤਾਂ ਤੁਸੀਂ ਆਪਦੀਆਂ ਨੋਰਮਲ ਫੀਸਾਂ ਹੀ ਲਾ ਸਕਦੇ ਹਾਂ, ਉਹਦੇ ਤੁਸੀਂ ਇੰਨੇ ਪੈਸੇ ਬਚਾ ਨਹੀਂ ਸਕਦੇ। ਇਹ ਸਿਰਫ ਇੱਕ ਓਲਾ ਗਾ। ਓਲਾ ਕਿਉਂ ਆ, ਉਹ ਵੀ ਮੈਨੂੰ ਲੱਗਦਾ ਸ਼ਾਇਦ ਸਾਡੇ ਕਰਕੇ ਅਸੀਂ ਸ਼ੌਂਕ ਵੱਡੇ ਕਰ ਲਏ ਆ, ਦਿਖਾਵਾ ਜ਼ਿਆਦਾ ਹੋ ਗਿਆ। ਕਈ ਡੀਲਰਾਂ ਦਾ ਦਿਖਾਵਾ ਜ਼ਿਆਦਾ ਹੋ ਗਿਆ, ਉਹ ਫਿਰ ਲੋਕਾਂ ਨੂੰ ਦਿਖਾਵੇ ਤੋਂ ਲੱਗਦਾ ਕਿ ਯਾਰ ਪੈਸੇ ਬਹੁਤ ਬਚਾਉਂਦੇ ਹੋ। ਉਹ ਨਾ ਇੱਕ ਹੋਰ ਚੀਜ਼ ਆ ਕਿ ਪਹਿਲਾਂ ਸੀ ਨਾ, ਜਦੋਂ ਮੈਂ ਇੱਕ ਵਾਰ ਮੋਂਟਰੀਅਲ ਗਿਆ ਸੀ ਆਪਣੇ ਮਿੱਤਰ ਕੋਲ, ਅਤੇ ਉਹ ਕਹਿੰਦਾ ਸੀ ਯਾਰ, ਕਹਿੰਦਾ ਅਸੀਂ ਤਾਂ ਕਹਿੰਦਾ $2,000 'ਤੇ ਗੱਡੀ ਲਈ ਦੀ ਕੈਸ਼। ਕਹਿੰਦਾ ਸਾਡੇ ਇਹ ਟਰੈਂਡ ਹੀ ਹੈ ਨਹੀਂ ਕਿ ਯਾਰ ਮਸਟੈਂਗ ਲੈਣੀ ਜਾਂ ਉਹ ਲੈਣੀ, ਕਹਿੰਦਾ ਇੱਥੇ ਦਾ ਟਰੈਂਡ ਹੈ ਨਹੀਂ। ਕਹਿੰਦਾ ਤੁਹਾਡੇ ਅੰਟੈਰੀਓ ਦਾ ਕਹਿ ਲਓ ਜਾਂ GTA ਦਾ ਕਹਿ ਲਓ, ਇਹ ਟਰੈਂਡ ਆ ਕਿ ਯਾਰ ਮਹਿੰਗੀ ਤੋਂ ਮਹਿੰਗੀ ਗੱਡੀ ਰੱਖਣੀ ਹੈ ਨਾ। ਅਤੇ ਉਹ ਹੁਣ ਤੁਹਾਨੂੰ ਕੀ ਲੱਗਦਾ, ਉਹ ਹਾਲੇ ਵੀ ਸੇਮ ਟਰੈਂਡ ਆ ਕਿ ਉਹ ਚੇਂਜ ਹੋ ਰਿਹਾ? ਨਹੀਂ ਨਹੀਂ, ਸੇਮ ਹੀ ਹੈ ਟਰੈਂਡ। ਇਹ ਟਰੈਂਡ ਮੋਂਟਰੀਅਲ ਨੂੰ ਜਾ ਰਿਹਾ
क्योंकि जे असी सपोज करो 50 गड्डियां बेचते हैं तो 50 दे विचों 15 गड्डियां तो मॉन्ट्रियल ही जाती है। ठीक है, तो ट्रेंड यह इतने घटन की बजाय सारे पास वध रहा है। सही है, मैं ये भी देखता हूँ कि कई बंदे मॉन्ट्रियल तो आके इतों की गड्डिया लेके जा रहे। बिल्कुल बिल्कुल जी, असं खुद बेचते हैं, खुद उत्थे छड़ के आई दी जा इतों लैके जाते हैं भरा, क्योंकि उत्थे थोड़ा जहा है डीलर का कोई मतलब अप्रूवलों का चक्कर ला लो ज इनवेंट्री का चक्कर ला लो है गा, बट ये ट्रेंड घट नहीं रहा, वध ही रहा। तो जिवें डीलरशिपा वध रही, मैनू लगता नहीं ट्रेंड घटूगा, क्योंकि पहला एक दो चार डीलरशिपा होंदिया सीगियां, लोगों को ऑप्शन घट होंगे सके, हूँ तो डीलरशिपा ही बहुत आ, ऑप्शन भी बहुत आ, ਤਾਂ ਕਰਕੇ ਟਰੈਂਡ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ। ਪਰ ਹੁਣ ਲੈਸੇ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਡੀਲਰਸ਼ਿਪਾਂ ਵਧੀ ਜਾਂਦੀਆਂ, ਸੋ ਫਿਰ ਇਨਵੈਂਟਰੀ ਦੇ ਵਿੱਚ ਚੱਕਰ ਪੈਂਦਾ ਹੋਣਾ ਕਿ ਨਹੀਂ? ਨਹੀਂ, ਇਨਵੈਂਟਰੀ ਉਹੀ ਮੈਂ ਤੁਹਾਨੂੰ ਦੱਸਿਆ, ਡਿਮਾਂਡ ਬਹੁਤ ਆ ਅਤੇ ਸਪਲਾਈ ਵੀ ਪਿੱਛੋਂ ਬਹੁਤ ਆ, ਇਹੋ ਜਿਹੀ ਕੋਈ ਕਮੀ ਨਹੀਂ ਗੀ, ਹਰ ਇੱਕ ਤਰ੍ਹਾਂ ਦੀ ਹੈਗੀ ਆ। ਹਾਂ, ਕਿਤੇ ਨਾ ਕਿਤੇ ਚੱਕਰ ਪੈਂਦਾ ਹੈਗਾ, ਕਿਤੇ ਕੋਈ ਨਵੀਆਂ ਗੱਡੀਆਂ ਮੰਗਦੇ ਹੁਣ ਜਾਂ ਕਈ ਵਾਰ ਕਸਟਮਰ ਸਪੈਸੀਫਿਕਲੀ ਕੋਈ ਗੱਡੀ ਮੰਗਦਾ ਹੋਵੇ, ਚੱਕਰ ਪੈ ਜਾਂਦਾ ਹੈਗਾ, ਬਟ ਸਪਲਾਈ ਦੀ ਕਮੀ ਨਹੀਂ ਗੀ। ਠੀਕ ਹੈ, ਤੁਸੀਂ ਨਾ ਹੁਣ ਅਪਰੂਵਲਾਂ ਦੀ ਗੱਲ ਕਰਦੇ ਹੋ, ਹਾਂਜੀ, ਅਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਚੀਜ਼ ਹੀ ਅਪਰੂਵਲ ਹੈ, ਗੱਡੀ ਮਿਲ ਵੀ ਜਾਵੇ ਮੈਂ ਮੁੜ ਕੇ ਅਪਰੂਵਲ ਦੇ ਅੱਗੇ ਖੜ ਜਾਂਦੀ ਹੈ, ਅਤੇ ਅਪਰੂਵਲ ਦਾ ਕੀ ਜੇ ਐਜ਼ ਅ ਨੋਰਮਲ ਸਟੂਡੈਂਟ, ਹੁਣ ਅਸੀਂ ਤਾਂ ਵੀਡੀਓ ਇਹ ਵੀ ਦੇਖੀ ਦੀ ਕਿ ਸਿੱਧਾ ਏਅਰਪੋਰਟ 'ਤੇ ਆਓ ਅਤੇ ਆ ਕੇ ਗੱਡੀ ਲੈ ਜਾਓ, ਹੈ ਨਾ? ਅਤੇ ਇਹ ਵੀ ਦੇਖੀ ਦੀ ਕਿ ਆ ਤੁਹਾਨੂੰ ਪ੍ਰੈਸਟੋ ਕਾਰਡ 'ਤੇ ਵੀ ਗੱਡੀ ਮਿਲ ਜੂਗੀ। ਸੋ ਤੁਹਾਨੂੰ ਕੀ ਲੱਗਦਾ ਕਿ ਅਪਰੂਵਲ ਦੇ ਲਈ ਸਹੀ ਰਿਕੁਆਇਰਮੈਂਟ ਕੀ ਆ? ਓਕੇ, ਸਹੀ ਰਿਕੁਆਇਰਮੈਂਟ ਜੇ ਤੁਸੀਂ ਸਟੂਡੈਂਟ ਆਏ ਹੋ, ਠੀਕ ਹੈ ਜੀ, ਤੁਹਾਨੂੰ ਇੱਕ ਸਾਲ ਹੋ ਗਿਆ ਹੈਗਾ, ਤੁਹਾਡੇ ਕੋਈ ਵੀ EMI ਕਿਸ਼ਤ ਵਗੈਰਾ ਕ੍ਰੈਡਿਟ ਕਾਰਡ ਦੀ ਨਹੀਂ ਟੁੱਟੀ, ਅਤੇ 700 ਪਲੱਸ ਸਕੋਰ ਆ, ਸਾਲ ਪੁਰਾਣਾ, 700 ਪਲੱਸ ਸਕੋਰ ਆ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਕਿਤੇ ਵੀ ਡਰਨ ਦੀ ਲੋੜ ਨਹੀਂ, ਤੁਹਾਨੂੰ ਨੋਰਮਲ ਅਪਰੂਵਲ ਕਿਤੋਂ ਵੀ ਮਿਲ ਸਕਦੀ ਆ। ਹਾਂ, ਚੱਕਰ ਕਿੱਥੇ ਪੈਂਦਾ? ਜਦੋਂ ਅਪਰੂਵਲਾਂ ਦਾ, ਤੁਹਾਡੀਆਂ ਕ੍ਰੈਡਿਟ ਕਾਰਡਾਂ ਦੀਆਂ ਕਿਸ਼ਤਾਂ ਟੁੱਟੀਆਂ ਹੁੰਦੀਆਂ, ਤੁਹਾਡੇ ਕ੍ਰੈਡਿਟ ਕਾਰਡ ਭਰੇ ਨਹੀਂ ਹੁੰਦੇ, ਓਵਰ ਯੂਟੀਲਾਈਜ਼ ਹੁੰਦੇ ਆ, ਠੀਕ ਹੈ, ਫਿਰ ਕੀ ਆ, ਮਿਸ ਪੇਮੈਂਟਾਂ ਹੁੰਦੀਆਂ, ਜਾਂ ਤੁਹਾਨੂੰ ਆਇਆਂ ਨੂੰ ਕੀ ਹੁੰਦਾ ਕਿ ਯਾਰ 2 ਮਹੀਨੇ ਹੋਏ ਆ, 3 ਮਹੀਨੇ ਹੋਏ ਆ, ਤਾਂ ਤੁਹਾਨੂੰ ਗੱਡੀ ਚਾਹੀਦੀ, ਉਦੋਂ ਬੰਦਾ ਫਸਦਾ ਕਿ ਹੁਣ ਮੈਂ ਕਿਹਦੇ ਕੋਲ ਜਾਵਾਂ। ਉਦੋਂ ਕਿਉਂ ਫਸਦਾ? ਜੇ ਤਾਂ ਬੰਦੇ ਕੋਲ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ ਅਪਰੂਵਲ ਮਿਲ ਜਾਂਦੀ ਆ, ਨਹੀਂ ਤਾਂ ਤੁਹਾਡਾ ਰੈਕਡ ਹੀ ਖਰਾਬ ਹੁੰਦਾ, ਅਤੇ ਉਦੋਂ ਫਿਰ ਸਾਡੇ ਵਰਗੇ ਭਰਾ ਕੰਮ ਆਉਂਦੇ ਆ। ਪਰ ਫਿਰ ਹੁਣ ਤੁਸੀਂ ਐਜ਼ ਅ ਕਾਰ ਡੀਲਰ, ਹਾਂਜੀ, ਫਿਰ ਤੁਹਾਡਾ ਉੱਥੇ ਕੀ ਰੋਲ ਹੁੰਦਾ ਬੇਸਿਕਲੀ? ਓਕੇ, ਹੁਣ ਇਹਦੇ ਵਿੱਚ ਇਹ ਕੀ ਹੈ ਜੀ ਕਿ ਜਿਵੇਂ ਸਾਡੇ ਕੋਲ ਜਿਹੜੇ ਮੇਰੇ ਭਰਾ ਜਿਹੜੇ ਮੇਰੇ ਨਾਲ ਕੰਮ ਕਰਦੇ, ਉਹਨਾਂ ਨਾਲ ਐਕਸਪੀਰੀਅੰਸ ਬਹੁਤ ਆ, ਉਹਨਾਂ ਨੂੰ ਪਤਾ ਅਸੀਂ ਫਾਈਲ ਕਿਵੇਂ ਪਾਉਣੀ ਆ। ਫਿਰ ਸਾਡੀਆਂ ਬੈਂਕਾਂ ਪੁਰਾਣੀਆਂ, ਬੈਂਕਾਂ ਨੂੰ ਵੀ ਡੀਲਰਸ਼ਿਪ ਨਾਲ ਰਿਲੇਸ਼ਨ ਵਧੀਆ ਹੁੰਦਾ, ਕਿਉਂਕਿ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਉਹਨਾਂ ਕੋਲ ਬਹੁਤ ਪੁਰਾਣੀਆਂ ਬੈਂਕਾਂ ਹੈਗੀਆਂ, ਉਹ ਕੰਮ ਆਉਂਦੀ ਆ, ਐਕਸਪੀਰੀਅੰਸ ਕੰਮ ਆਉਂਦਾ, ਫਾਈਲ ਬਣਾਉਣੀ ਕਿਵੇਂ ਆ, ਭਰਨੀ ਕਿਵੇਂ ਆ, ਬੈਂਕ ਨੂੰ ਇਨਫੋਰਮੇਸ਼ਨ ਕਿਵੇਂ ਦੇਣੀ ਆ, ਕੁਝ ਗਲਤ ਇਨਫੋਰਮੇਸ਼ਨ ਨਾ ਦਿੱਤੀ ਜਾਵੇ, ਉਹ ਚੀਜ਼ਾਂ ਬਹੁਤ ਕੰਮ ਆਉਂਦੀਆਂ, ਫਿਰ ਉਹਦੇ ਹਿਸਾਬ ਨਾਲ ਹੀ ਅਪਰੂਵਲ ਮਿਲਦੀ ਆ। ਬਾਕੀ ਅਗਲੀਆਂ ਗੱਲਾਂ ਢੰਗਾਈ ਦੀਆਂ, ਜਦੋਂ ਗੱਡੀ ਲੈਣੀ ਹੋਈ ਫਿਰ ਤੁਹਾਨੂੰ ਦੱਸਾਂਗੇ, ਨਹੀਂ ਤਾਂ ਸਾਰੇ ਰਾਜ ਇੱਥੇ ਖੁੱਲ ਜਾਏ। ਠੀਕ ਆ, ਸਹੀ ਆ, ਔਰ ਇਹ ਸਾਰੀ ਚੀਜ਼ਾਂ ਇੱਥੇ ਹੀ ਹੋ ਜਾਣ ਅਤੇ ਬਾਅਦ 'ਚੋਂ ਮੁੜ ਕੇ ਮਾਰੇ ਗੱਡੀਆਂ, ਲੋਕ ਕਹਿੰਦੇ ਅਸੀਂ ਵੀ ਕਾਰ ਡੀਲਰਸ਼ਿਪ ਖੋਲ ਲਈ, ਹੈ ਨਾ? ਅਤੇ ਹੁਣ ਅਪਰੂਵਲ ਦੀ ਆਪਾਂ ਗੱਲ ਕਰਦੇ ਪਏ, ਹੈ ਨਾ, ਸਹੀ ਮਹੀਨੇ ਦੇ ਵਿੱਚ ਲੈਸੇ ਜੇ ਮੇਰਾ 700 ਰੈਕਡ ਹੈਗਾ, ਬਿਲਕੁਲ ਜੀ, ਮੈਂ ਕਿੰਨੇ ਕੁ ਹਜ਼ਾਰ ਦੀ ਗੱਡੀ ਦੇ ਵਿੱਚ ਪਲੇ ਕਰ ਸਕਦਾ? ਸਾਲ ਪੁਰਾਣਾ ਰੈਕਡ ਆ, 700 ਪਲੱਸ ਸਕੋਰ ਆ, ਤੁਸੀਂ ਅਰਾਊਂਡ ਨੋਰਮਲੀ ਵਿਦਆਊਟ ਕਿਸੇ ਹਿੱਟ, ਕਿਉਂਕਿ ਜਦੋਂ ਬੰਦਾ ਆ ਕੇ ਸਾਨੂੰ ਕਹਿੰਦਾ ਕਿ ਸਾਡਾ 700 ਪਲੱਸ ਰੈਕਡ ਆ, ਅਸੀਂ ਉਹਨੂੰ ਪੁੱਲ ਵੀ ਨਹੀਂ ਕਰਦੇ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਉਹਦੀ ਸੋਫਟ ਹਿੱਟ ਵੀ ਵੱਜ ਕੇ 2-4-5 ਪੁਆਇੰਟ ਘਟੇ, ਉਦੋਂ ਅਸੀਂ ਪੁੱਲ ਵੀ ਨਹੀਂ ਕਰਦੇ, ਉਹ ਨੋਰਮਲੀ 40-50 ਹਜ਼ਾਰ ਦੀ ਗੱਡੀ ਲਈ ਅਪਰੂਵ ਹੋ ਜਾਂਦਾ। ਠੀਕ ਹੈ, ਜੇ ਤੁਸੀਂ ਸਾਲ ਪੁਰਾਣੇ ਨਹੀਂ ਗਏ, 6-8-10 ਮਹੀਨੇ ਪੁਰਾਣੇ ਹੋ ਅਤੇ ਸਕੋਰ 700 ਤੋਂ ਥੋੜ੍ਹਾ ਜਿਹਾ ਘੱਟ ਆ, ਤਾਂ 30,000 ਅਪਰੂਵ। ਅਤੇ ਇਹ ਹੁਣ ਲੈਸੇ ਜਦੋਂ ਆਪਾਂ ਕਾਰ ਬਾਏ ਕਰਦੇ ਨੇ, ਇੱਕ ਹੋਰ ਦਿਮਾਗ ਦੇ ਵਿੱਚ ਚੀਜ਼ ਆਉਂਦੀ ਕਿ ਗੱਡੀ ਆਪਾਂ ਫਾਈਨਾਂਸ ਕਰਾਈ ਜਾਵੇ ਕਿ ਲੀਜ਼ ਕਰਾਈ ਜਾਵੇ? ਅਸੀਂ ਤਾਂ ਕਹਿੰਦੇ ਹਾਂ ਫਾਈਨਾਂਸ ਹੀ ਕਰਾਈ ਜਾਵੇ, ਅਸੀਂ ਚਲੋ ਲੀਜ਼ ਵੀ ਕਰਾ ਦਿੰਦੇ ਹਾਂ, ਕੋਈ ਦਿੱਕਤ ਨਹੀਂ, ਬਟ ਫਾਈਨਾਂਸ ਦਾ ਜ਼ਿਆਦਾ ਫਾਇਦਾ। ਲੀਜ਼ ਦੇ ਵਿੱਚ ਕੀ ਹੁੰਦਾ, ਉਹਨਾਂ ਲੋਕਾਂ ਨੂੰ ਫਾਇਦਾ ਜਿਨ੍ਹਾਂ ਨੇ ਲਿਮਿਟਡ ਚਲਾਉਣੀ ਹੈ, ਜਿਨ੍ਹਾਂ ਨੇ 2 ਸਾਲ ਬਾਅਦ 3 ਸਾਲ ਬਾਅਦ ਵਾਪਸ ਦੇ ਦੇਣੀ ਹੈ, ਕਿ ਜਿੰਨੇ ਉਹ ਐਜ਼ ਏ ਰੈਂਟਲ ਯੂਜ਼ ਕਰਦੇ ਆ, ਬਟ ਫਾਈਨਾਂਸ ਦੇ ਵਿੱਚ ਜ਼ਿਆਦਾ ਫਾਇਦਾ। ਤੁਹਾਡੀ ਹੀ ਗੱਡੀ ਹੈ, ਤੁਸੀਂ ਕਦੋਂ ਵੀ ਵੇਚ ਸਕਦੇ ਹਾਂ, ਵੇਚ ਉਹ 'ਚ ਵੀ ਸਕਦੇ ਹਾਂ, ਬਟ ਫਾਈਨਾਂਸ ਜ਼ਿਆਦਾ ਬੈਟਰ ਆ, ਅਤੇ ਆਪਣੇ ਲੋਕ ਤਾਂ ਬਿਲਕੁਲ ਜ਼ਿਆਦਾ ਫਾਈਨਾਂਸ ਹੀ ਕਰਾਉਂਦੇ। ਅਤੇ ਉਹਦੇ 'ਤੇ ਇੱਕ ਹੋਰ ਇੱਕ ਸਵਾਲ ਆ ਜਾਂਦਾ ਕਿ ਯਾਰ ਗੱਡੀ ਨਵੀਂ ਲਈ ਜਾਵੇ ਕਿ ਪੁਰਾਣੀ ਲਈ ਜਾਵੇ? ਨਹੀਂ, ਸਾਡੇ ਲਈ ਔਖਾ ਜਵਾਬ ਦੇਣਾ, ਕਿਉਂਕਿ ਅਸੀਂ ਜ਼ਿਆਦਾ ਪੁਰਾਣੀਆਂ 'ਚ ਡੀਲ ਕਰਦੇ ਹਾਂ, ਬਟ ਕੋਈ ਨਹੀਂ, ਜੇ ਕਿਸੇ ਨਵੀਂ ਵੀ ਲੈਣੀ ਆ ਅਸੀਂ ਨਵੀਂ ਵੀ ਅਵੇਲੇਬਲ ਕਰਾਉਂਦੇ ਹਾਂ, ਬਟ ਇਹ ਤੁਹਾਡੇ 'ਤੇ ਜ਼ਿਆਦਾ ਡਿਪੈਂਡ ਕਰਦਾ। ਕਈ ਗੱਡੀਆਂ ਦੀ ਚਲੋ, ਕਈ ਤਾਂ ਕਹਿ ਦਿੰਦੇ ਆ 1.5 ਸਾਲ ਦੀ ਵੇਟਿੰਗ ਆ, 1.5 ਸਾਲ ਦੀ ਚਲੋ ਹੁੰਦੀ ਨਹੀਂ, ਬਟ ਕਈ ਗੱਡੀਆਂ 'ਤੇ ਬਿਲਕੁਲ 5-6-4-8 ਮਹੀਨਿਆਂ ਦੀ ਵੇਟਿੰਗ ਚੱਲਦੀ ਪਈ ਆ, ਕਿਉਂਕਿ ਕੋਵਿਡ ਤੋਂ ਬਾਅਦ ਉਹਨਾਂ ਨੇ ਘੱਟ ਕਰਤੀਆਂ ਬਣਾਉਣੀਆਂ,
डिमांड वध गई एकोदम तो करके गड्डिया पिछों उस तेजी ना आ नहीं रही तो उदो फिर यूज्ड कार दे विच लोकी वड़दे आ प्लस की होंगे जो नवी गड्डी तुसी लैनी आ उही फिर रैकेट की गल आ जाती है वो सीधी 40 to 50,000 तो शुरू होंगी नॉर्मल जो वधिया गड्डी आ तो कई लोग उन्ने लिए अपरूव नहीं होंगे तो पुरानी बाय करते हैं वैसे कई लोगों को यह भी है कि असी नवी गड्डी लिती आते ही 5-10,000 घट जानी है प्राइस घट जाना असी वेचांगे फिर किवें तो लोग ज़्यादा पुरानिया वाली प्रैफर करते तो उसका इंटरस्ट रेट का भी कोई फर्क होंगे हूँ नहीं गा पहला होंदा सी पहला नवी गड्डिया 0.99 ते भी मिल जाती 2.99 3.99 बट हुण तां नवी डीलरशिपां ते भी 7.99 जां 6.99 जदों उत्थे घट सी उदों साडे भी इंटरस्ट रेट घट सी हुण की आ ओवरऑल कैनेडा दे विच पिछों ही गवर्नमेंट वल्लों ही इंटरस्ट रेट ज़्यादा उहदे च असी कर सकते हैं असी तां चलो आपदे भरावां नूं नाल बिठा के दिखा के इंटरस्ट रेट देईदा 3-4 ऑप्शन होंगे आ बट ज़्यादा फर्क नहीं पा सकते जे असी 6.99 दे सकते हैं तो कई लोग 7.99 दे देंगे पर असी 6.99 भी दे सकते हैं वो की आ कि माड़े मोटे पैसे बनते होंगे डीलर नहीं दिता तो आपके पैसे बनाने लिए उन्होंने 1% जा अद्धा % ज़्यादा दे दिता पर जे तुसी को 4-5% वध दे जांदा नहीं इदा की कोई गल नहीं हाँ माड़ा मोटा उपर थले असी भी कर सकते हैं तो अजक फर्क है नहीं ਜੇ ਤੁਸੀਂ ਕੋ ਨਵੇਂ ਡੀਲਰਸ਼ਿਪਾਂ ਜੀ ਘੱਟ ਦੇਈ ਜਾਂਦੀ ਆ ਅਸੀਂ ਜ਼ਿਆਦਾ ਦੇਈ ਜਾਂਦੇ ਨਹੀਂ ਇਹੋ ਜਿਹਾ ਕੋਈ ਫਰਕ ਨਹੀਂ ਹੁਣ ਸਾਰਾ ਇੱਕੋ ਦਮ ਸੇਮ ਹੀ ਆ ਆਲਮੋਸਟ ਸੇਮ ਆ ਹਾਂ ਜੇ ਕੋਈ ਕਈਆਂ ਦਾ ਕੀ ਹੈ ਕਿ ਜੇ ਕਈਆਂ ਦੀਆਂ ਗੱਡੀਆਂ ਨਹੀਂ ਵਿਕਦੀਆਂ ਕੋਈ ਬ੍ਰਾਂਡ ਉਹ ਜੇ ਹੈਗੇ ਆ ਬਿਲਕੁਲ ਉਹ ਘੱਟ ਦੇਈ ਜਾਂਦੇ ਆ ਬਟ ਫਿਰ ਉਹਨਾਂ ਦੀ ਰੀਸੇਲ ਵੀ ਹੈ ਨਹੀਂ ਗੀ ਉਹ ਫਿਰ ਗੱਡੀਆਂ ਲੋਕ ਪਸੰਦ ਵੀ ਨਹੀਂ ਕਰਦੇ ਉਨੀਆਂ ਤਾਂ ਉੱਧਰ ਨੂੰ ਜਾਂਦੇ ਨਹੀਂ ਗੇ ਬਟ ਹਾਂ 1-2 ਬ੍ਰਾਂਡ ਹੈਗੇ ਆ ਕਾਰਾਂ ਦੇ ਜਿਹੜੇ ਹਜੇ ਵੀ 3.99 ਜਾਂ 4.99 ਦੇਈ ਜਾਂਦੇ ਆ ਨਵੀਆਂ ਕਾਰਾਂ ਦੇ ਸਹੀ ਆ ਪਰ ਵੀਰ ਇੱਕ ਹੋਰ ਚੀਜ਼ ਹੈ ਹੁਣ ਲੈਸੇ ਤੁਸੀਂ ਚਲੋ ਇਹ ਤਾਂ ਗੱਡੀਆਂ ਦੀ ਗੱਲ ਹੋਈ ਹੈ ਨਾ ਪਰ ਦੇਖਿਆ ਜਾਂਦਾ ਕਿ ਤੁਸੀਂ ਨਾ ਉੱਦਾਂ ਵੀ ਕੋਈ ਆਪਣੇ ਪੰਜਾਬੀਆਂ ਦਾ ਪ੍ਰੋਟੈਸਟ ਆ ਕਹਿ ਲਓ ਹੈ ਨਾ ਜਾਂ ਤੁਸੀਂ ਤੁਹਾਡੀ ਉਹ ਦੇਖਦਾ ਪਿਆ ਸੀਗਾ ਇੰਸਟਾ ਦੇ ਉੱਤੇ ਤੁਸੀਂ ਜੋ ਸਿੱਧੂ ਬਾਈ ਦੀ ਵੀ ਹੋਈ ਸੀਗੀ ਗੱਲ ਤੁਸੀਂ ਉਦੋਂ ਵੀ ਕੈਂਡਲ ਮਾਰਚ ਦੇ ਵਿੱਚ ਮੋਹਰੇ ਸੀ ਹਾਂਜੀ ਉਹ ਕਿੱਦਾਂ ਤੁਸੀਂ ਉਹ ਕੀ ਤੁਹਾਡਾ ਰਹਿੰਦਾ ਕਿ ਦਿਮਾਗ ਦੇ ਵਿੱਚ ਕੀ ਯਾਰ ਆਪਾਂ ਕਿੱਦਾਂ ਅੱਗੇ ਰਹਿਣਾ ਇਹਨਾਂ ਚੀਜ਼ਾਂ ਨੂੰ ਪੰਜਾਬੀ ਹੈ ਜੀ ਆਪਾਂ ਪਹਿਲੀ ਗੱਲ ਤਾਂ ਇਹੀ ਰਹਿੰਦੀ ਆ ਕਿਸੇ ਦਾ ਦੁੱਖ ਦਰਦ ਦੇਖਿਆ ਨਹੀਂ ਜਾਂਦਾ ਠੀਕ ਆ ਫਿਰ ਇਹ ਹੁੰਦਾ ਕਿ ਸਾਨੂੰ ਇਹ ਹੁੰਦਾ ਕਿ ਅੱਜ ਅੱਗ ਕਿਸੇ ਦੇ ਘਰ ਲੱਗੀ ਹੈ ਕੱਲ੍ਹ ਨੂੰ ਸਾਡੇ ਵੀ ਲੱਗ ਸਕਦੀ ਆ ਤਾਂ ਕਰਕੇ ਕੋਈ ਵੀ ਪ੍ਰੋਟੈਸਟ ਹੋਵੇ ਕੋਈ ਵੀ ਕੁਛ ਹੋਵੇ ਆਪਾਂ ਵੱਧ ਚੜ੍ਹ ਕੇ ਹਿੱਸਾ ਲਈਦਾ ਜਦੋਂ ਸਿੱਧੂ ਬਾਈ ਦੀ ਚਲੋ ਡੈਥ ਹੋਈ ਉਦੋਂ 1-2 ਦਿਨ ਬਾਅਦ ਹੀ ਅਸੀਂ ਕੈਂਡਲ ਲਾਈਟ ਵਿਗਲ ਕੀਤਾ ਸੀਗਾ ਸ਼ੈਰੀਡਨ ਕਾਲਜ ਦੇ ਵਿੱਚ ਸਾਨੂੰ ਦੁੱਖ ਸੀਗਾ ਦੁੱਖ ਵੰਡਾਉਣ ਲਈ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਯਾਰ ਦੋਸਤ ਇੱਥੇ ਸੀਗੇ ਤਾਂ ਕਰਕੇ ਅਸੀਂ ਉਹ ਕੀਤਾ ਫਿਰ ਹੁਣੇ ਅਲਫਾ ਕਾਲਜ ਦਾ ਰੌਲਾ ਪਿਆ ਸੀ ਉਦੋਂ ਅਸੀਂ ਸੀ ਫਿਰ ਫਾਰਮਰਸ ਪ੍ਰੋਟੈਸਟ ਸੀ ਜਿੰਨਾ ਚਿਕਰ ਉੱਥੇ ਚੱਲਦਾ ਰਿਹਾ ਉਨਾ ਚਿਰ ਹੀ ਅਸੀਂ ਇੱਥੇ ਮੰਡੇ ਸੈਚਰਡੇ ਅਤੇ ਸੰਡੇ ਇੱਥੇ ਕਰਦੇ ਰਹੇ ਹਾਂ ਮੰਡੇ ਕੰਮ ਸ਼ੁਰੂ ਹੁੰਦਾ ਸੀਗਾ ਪਰ ਸੰਡੇ ਰਾਤ ਤੱਕ ਅਸੀਂ ਪ੍ਰੋਟੈਸਟ ਕਰਨਾ ਖੜ੍ਹ ਕੇ ਲੋਕਾਂ ਨੂੰ ਅਵੇਅਰ ਕਰਨਾ ਕਿ ਜੇ ਇੱਥੋਂ ਤੁਸੀਂ ਥੋੜ੍ਹੀ ਜਿਹੀ ਵੀ ਹੈਲਪ ਕਰੋਗੇ ਤਾਂ ਉੱਥੇ ਉਹਨਾਂ ਦਾ ਫਾਇਦਾ ਹੋ ਸਕਦਾ ਹੋਇਆ ਵੀ ਐਂਡ 'ਤੇ ਫਿਰ ਹੁਣ ਪਿੱਛੇ ਜੇ ਡੈਪੋਟੇਸ਼ਨ ਵਾਲਾ ਸੀਗਾ ਪ੍ਰੋਟੈਸਟ ਉੱਥੇ ਦਾ ਫਿਰ ਚਲੋ ਮੈਂ ਆਪਦੇ ਸਾਰੇ ਭਰਾਵਾਂ ਨੂੰ ਐਲੀਵੀਰਾ ਸੀਗਾ ਉਹਨਾਂ ਨੂੰ ਲੈ ਕੇ ਅਸੀਂ ਪਹੁੰਚੇ ਬਹੁਤ ਭਰਮਾ ਹੁੰਗਾਰਾ ਮਿਲਿਆ ਉਹ ਵੀ ਹੱਲ ਹੋ ਗਿਆ ਕਈ ਵਾਰ ਕੀ ਹੁੰਦਾ ਕਿ ਜੇ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਕੋਈ ਪਤਾ ਨਹੀਂ ਹੁੰਦਾ ਤੁਹਾਡੇ ਨਾਲ ਕਿਹੜਾ ਬੰਦਾ ਨਾਲ ਤੁਰ ਪਏ ਤਾਂ ਪ੍ਰੋਟੈਸਟ ਨੂੰ ਜਾਂ ਜਿੱਥੇ ਤੁਸੀਂ ਜਾ ਰਹੇ ਹਾਂ ਉੱਥੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਵੇ ਅਸੀਂ ਤੁਰੇ ਮੈਂ ਐਲੀਵੀਰ ਨੂੰ ਲੈ ਕੇ ਗਿਆ ਉਹਨਾਂ ਨੂੰ ਦੇਖ ਕੇ ਹੋਰ ਸਿੰਗਰ ਵੀ ਉੱਥੇ ਪਹੁੰਚੇ ਹੋਰ ਵੱਡੀਆਂ ਲੋਕ ਵੀ ਪਹੁੰਚੇ ਉਹਨਾਂ ਨਾਲ ਉਹਨਾਂ ਨੂੰ ਫਾਇਦਾ ਹੋ ਗਿਆ ਅਤੇ ਬਹੁਤ ਹੀ ਜਲਦੀ ਚਲੋ ਉਹਨਾਂ ਦਾ ਸਲਿਊਸ਼ਨ ਹੋ ਗਿਆ ਵੀਰੇ ਤੁਸੀਂ ਐਲੀ ਬਾਈ ਨਾਲ ਵੀ ਦੇਖੀ ਦਾ ਹੁੰਦਾ ਐਲੀ ਬਾਈ ਦੀ ਗੱਲ ਕਰਦੇ ਹੋ ਹਾਂਜੀ ਐਲੀ ਬਾਈ ਨਾਲ ਕਿੱਦਾਂ ਲਿੰਕ ਅਤੇ ਕਿੱਦਾਂ ਕਹਿ ਲਓ ਉਹ ਕਿੱਦਾਂ ਗੱਲਬਾਤ ਬਣ ਗਈ ਤਾਰ ਕਿੱਦਾਂ ਜੁੜੀ ਇੱਥੇ ਜੁੜੀ ਜੀ ਇੱਥੇ ਵੀ ਰਾ ਆਉਂਦਾ ਸੀਗਾ ਫਿਰ ਓਕੇ ਦਸ ਨਾਮ ਵੀ ਜਿਹੜਾ ਵੀਰੇ ਤੋਂ ਇੰਸਪਾਇਰ ਆ ਵੀਰ ਆਪਦੇ ਗਾਣਿਆਂ ਗੁਣਿਆਂ 'ਚ ਲੈਂਦਾ ਰਹਿੰਦਾ ਅਸੀਂ ਮਿਲ ਕੇ ਹੈ ਨਾ ਬਾਕੀ ਕਹਿ ਸਕਦੇ ਹੋ ਕਿ ਵੀਰੇ ਦੀ ਵੀ ਡੀਲਰਸ਼ਿਪ ਉੱਨੀ ਹੈ ਜਿੰਨੀ ਸਾਡੀ ਆ ਉਹਨਾਂ ਦੀ ਵੀ ਉੱਨੀ ਆ ਅਤੇ ਸਾਡੀ ਉਹ ਹੈਲਪ ਕਰਦੇ ਹਰ ਇੱਕ ਚੀਜ਼ ਦੇ ਵਿੱਚ ਮਾਰਕੀਟਿੰਗ ਦੇ ਵਿੱਚ ਸਾਡੀ ਬਹੁਤ ਹੈਲਪ ਕਰਦੇ ਆ ਕਿਉਂਕਿ ਉਹ ਦੇਖਦੇ ਆ ਕਿ ਉਹਨਾਂ ਚਲੋ ਪਹਿਲਾਂ ਤਾਂ ਉਹਨਾਂ ਦੀ ਆਪਦੀ ਡੀਲਰਸ਼ਿਪ ਆ ਦੂਜਾ ਉਹ ਦੇਖਦੇ ਆ ਕਿ ਯਾਰ ਇਹ ਸਹੀ ਕਰ ਰਿਹਾ ਬੰਦੇ ਕੰਮ ਕਿਉਂਕਿ ਆਪਾਂ ਟ੍ਰਾਂਸਪੇਰੈਂਟ ਰਹਿ ਕੇ ਇਹ ਕੰਮ ਕਰੀਦਾ ਫਿਰ ਉਹ ਹੱਕ ਨਾ ਕਿਸੇ ਹੋਰ ਨੂੰ ਵੀ ਕਹਿ ਸਕਦੇ ਆ ਕਿ ਇਹਨਾਂ ਨੂੰ ਪ੍ਰਮੋਟ ਕਰੋ ਜਾਂ ਕੁਛ ਕਰੋ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਕਈ ਲੋਕਾਂ ਦੇ ਸਾਹਮਣੇ ਕਿ ਅਸੀਂ ਸਹੀ ਹਾਂ ਉਹ ਆਪਾਂ ਕਰ ਚੁੱਕੇ ਹਾਂ ਕਾਫੀ ਲੋਕਾਂ ਦੇ ਸਾਹਮਣੇ ਹੈ ਨਾ ਤਾਂ ਕਰਕੇ ਬਾਕੀ ਵੀਰੇ ਨਾਲ ਪਿਆਰ ਆ ਬਹੁਤ ਜ਼ਿਆਦਾ ਇੱਥੇ ਹੀ ਉਹਨਾਂ ਨੇ ਇੱਥੇ ਹੀ ਮਿਲਣਾ ਜੇ ਕਿਸੇ ਭਰਾ ਨੂੰ ਆਉਣਾ ਵੀ ਹੋਵੇ ਮਿਲਣਾ ਵੀ ਉਹਨਾਂ ਵੀਰਾ ਇੱਥੇ ਹੀ ਹੁੰਦਾ ਜਦੋਂ ਮਰਜ਼ੀ ਆ ਕੇ ਮਿਲ ਵੀ ਸਕਦੇ ਆ ਅਤੇ ਵੀਰੇ ਆਪਣਾ ਇੱਕ ਹੋਰ ਗੱਲ ਆ ਹੁਣ ਲੈਸੇ ਹੁਣ ਚਲੋ ਇਹ ਪ੍ਰੋਟੈਸਟ ਦਾ ਇੱਕ ਹੋ ਗਿਆ ਕਿਉਂਕਿ ਤੁਸੀਂ ਸੋਸ਼ਲ ਐਕਟੀਵਿਟੀ ਕਰ ਰਹੇ ਹੋ ਬਟ ਬਹੁਤ ਵਾਰ ਦੇਖੀਦਾ ਤੁਸੀਂ ਸਪੋਂਸਰਸ਼ਿਪਸ ਕੋਈ ਸਿੰਗਰ ਆ ਰਿਹਾ ਕੋਈ ਕੁਛ ਆ ਰਿਹਾ ਹੈ ਨਾ ਸੋ ਜਿਹੜਾ ਬੰਦਾ ਜਿਹੜਾ ਔਰਗਨਾਈਜ਼ਰ ਹੈ ਉਹਨੂੰ ਲੋੜ ਹੁੰਦੀ ਹੈ ਸਪੋਂਸਰ ਦੀ ਬਿਲਕੁਲ ਰਾਈਟ ਸੋ ਤੁਸੀਂ ਉਹਨਾਂ ਦੇ ਵਿੱਚ ਵੀ ਇੱਕ
ਕਹ ਲਓ ਰੋਲ ਪਲੇ ਕਰਦੇ ਹੋ ਕਿਉਂਕਿ ਐਜ਼ ਅ ਯੰਗਸਟਰ ਇਹ ਬਹੁਤ ਕਿਉਂਕਿ ਜਿੰਨਾ ਦੇਖੀ ਜਾਂਦਾ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਬੰਦੇ ਕਾਫੀ ਸਾਲਾਂ ਦੇ ਪੁਰਾਣੇ ਆਏ ਹੋਏ ਨਾ ਹਾਂਜੀ ਉਹ ਸਪੌਂਸਰ ਕਰਦੇ ਹੁੰਦੇ ਸੀ ਉਹ ਸ਼ੋਅ ਕਰਾਉਂਦੇ ਹੁੰਦੇ ਸੀਗੇ ਪਰ ਹੁਣ ਤੁਸੀਂ ਵੀ ਹੋਰ ਵੀ ਕਹਿ ਲਓ ਥੋੜੇ ਯੂਥ ਹੁਣ ਇਹਨਾਂ ਚੀਜ਼ਾਂ 'ਚ ਆਉਣ ਲੱਗ ਪਿਆ ਹੈ ਨਾ ਬੇਸਿਕਲੀ ਵੱਡੀਆਂ ਕੰਪਨੀਆਂ ਦੇ ਤੁਸੀਂ ਕਹਿਣਾ ਚਾਹੁੰਦੇ ਹੋ ਓਕੇ ਚੱਕਰ ਇਹ ਆ ਵੀਰੇ ਕਿ ਸਭ ਤੋਂ ਵੱਡਾ ਜਿਹੜਾ ਕਾਰਨ ਉਹ ਹੈਗੀ ਐਡ ਜੇ ਆਪਾਂ ਸਪੌਂਸਰ ਕਰਾਂਗੇ ਤਾਂ ਬਿਲਕੁਲ ਸਾਡੇ ਬਾਰੇ ਪਤਾ ਲੱਗੂਗਾ ਕਲਾਇੰਟਾਂ ਨੂੰ ਸਟੂਡੈਂਟਸ ਨੂੰ ਹਰੇਕ ਲੋਕਾਂ ਨੂੰ ਕਿ ਅਸੀਂ ਵੀ ਹੈਗੇ ਹਾਂ ਦੂਜੀ ਗੱਲ ਇਹ ਹੁੰਦੀ ਹੈ ਕਿ ਬਹੁਤ ਸਾਰੇ ਨਵੇਂ ਮੁੰਡੇ ਆ ਕੁੜੀਆਂ ਜਿਹੜੇ ਕਰਵਾਉਂਦੇ ਆ ਸ਼ੋਅ ਵਗੈਰਾ ਜਿਵੇਂ ਉਹਨਾਂ ਪਰਸੋਂ ਚੌਥੀ ਕਾਕੇ ਦਾ ਸ਼ੋਅ ਹੋ ਗਿਆ ਅਤੇ ਹੈ ਨਾ ਅਸੀਂ ਉਹ ਕਰਵਾਇਆ ਗਾ ਉਹ ਨਵੇਂ ਮੁੰਡੇ ਸੀਗੇ ਉਹ ਵੈਲ ਸੈਟਲ ਆ ਪਰ ਇਹ ਕੀ ਹੁੰਦਾ ਇਸ ਇੰਡਸਟਰੀ ਵਿੱਚ ਨਵੇਂ ਸੀਗੇ ਅਸੀਂ ਉਹਨਾਂ ਦਾ ਹੱਥ ਫੜਿਆ ਸਾਡਾ ਹੱਥ ਉਹਨਾਂ ਨੇ ਫੜਿਆ ਠੀਕ ਹੈ ਅਸੀਂ ਉਹਨਾਂ ਦੇ ਨਾਲ ਉੱਥੇ ਗਏ ਉਹ ਇੱਥੇ ਸਿੰਗਰਾਂ ਨੂੰ ਲੈ ਕੇ ਆਉਂਦੇ ਆ ਕੋਈ ਹੋਰ ਵੀ ਹੈਗੇ ਆ ਬਹੁਤ ਸਾਰੇ ਮੇਰੇ ਭਰਾ ਜਿਹੜੇ ਕਰਵਾਉਂਦੇ ਆ ਸ਼ੋਅ ਵਗੈਰਾ ਉਹ ਸਿੰਗਰਾਂ ਨੂੰ ਇੱਥੇ ਲੈ ਕੇ ਆਉਂਦੇ ਆ ਸਿੰਗਰ ਵਗੈਰਾ ਸਾਡੇ ਬਾਰੇ ਸ਼ਾਊਟ ਆਊਟ ਦਿੰਦੇ ਆ ਜਿਹੜੀ ਮੇਨ ਆ ਸਾਡੇ ਬਾਰੇ ਪਤਾ ਲੱਗਦਾ ਅਸੀਂ ਉਹਨਾਂ ਨੂੰ ਸਪੌਂਸਰ ਕਰਦੇ ਹਾਂ ਉਹਨਾਂ ਦੀ ਹੈਲਪ ਹੁੰਦੀ ਹੈ ਕਿਉਂਕਿ ਉਹ ਸਾਡੇ ਸਿਰ 'ਤੇ ਅਸੀਂ ਉਹਨਾਂ ਦੇ ਸਿਰ 'ਤੇ ਮੇਨ ਤਾਂ ਕਾਰਨ ਇਹੀ ਆ ਬਾਕੀ ਸਪੌਂਸਰ ਵਗੈਰਾ ਬਿਲਕੁਲ ਅੱਜ ਕੱਲ੍ਹ ਜ਼ਿਆਦਾ ਟਰੈਂਡ ਹੋ ਗਿਆ ਹੈਗਾ ਸ਼ੋਅ ਵਗੈਰਾ ਜ਼ਿਆਦਾ ਹੋਣ ਲੱਗ ਪਏ ਆ ਤਾਂ ਕਰਕੇ ਫਿਰ ਨਵੇਂ ਨਵੇਂ ਸਪੌਂਸਰ ਵੀ ਨਿਕਲਦੇ ਆ ਮੈਂ ਤਾਂ ਅੱਜ ਕੱਲ੍ਹ ਦੇਖਦਾ ਜਿਨ੍ਹਾਂ ਨੂੂੰ ਮਹੀਨਾ ਮਹੀਨਾ ਹੀ ਹੋਇਆ ਹੁੰਦਾ ਹੈਗਾ ਚੀਜ਼ਾਂ ਸਟਾਰਟ ਕੀਤੀਆਂ ਨੂੰ ਉਹ ਵੀ ਵੱਡੀਆਂ ਵੱਡੀਆਂ ਸਪੌਂਸਰ ਕਰਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਜੇ ਆਪਾਂ ਇੱਥੇ ਪੈਸੇ ਲਾਵਾਂਗੇ ਤਾਂ ਹੀ ਸਾਡੇ ਕੋਲ ਕੋਈ ਪੈਸੇ ਖਰਚਣ ਆਉਂ ਬੇਸਿਕਲੀ ਉਹਨੂੰ ਮਾਰਕੀਟਿੰਗ ਦਾ ਇੱਕ ਤਰੀਕਾ ਬਣ ਚੁੱਕਾ ਹੈਗਾ ਹੁਣ ਥੋੜ੍ਹੇ ਵੱਡੇ ਲੈਵਲ 'ਤੇ ਬਣੀ ਜਾਂਦਾ ਬਿਲਕੁਲ ਬਿਲਕੁਲ ਤਾਂ ਚਾਹੀਦਾ ਵੀ ਹੈ ਮੇਰੇ ਖਿਆਲ ਨਾਲ ਤਾਂ ਜਿਹੜਾ ਬੰਦਾ ਸ਼ੋਅ ਕਰਾਉਂਦਾ ਉਹਨੂੰ ਵੀ ਬਹੁਤ ਵੱਡਾ ਹੌਂਸਲਾ ਹੈ ਇਹ ਠੀਕ ਹੈ ਨਾ ਉਹਨੂੰ ਤੁਹਾਡੇ ਨਾਲ ਹੌਂਸਲਾ ਹੈਗਾ ਅਤੇ ਤੁਹਾਨੂੰ ਬੇਸਿਕਲੀ ਫਾਇਦਾ ਹੀ ਆ ਜੇ ਉੱਥੇ 700 ਬੰਦਾ ਆਉਂਦਾ 200 ਆਉਂਦਾ 500 ਆਉਂਦਾ 1000 ਆਉਂਦਾ ਜਾਂ 15000 ਆਉਂਦਾ ਉਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਤੁਹਾਡੇ ਬਾਰੇ ਪਤਾ ਹੀ ਲੱਗਦਾ ਪਰ ਇਹ ਤਾਂ ਨਹੀਂ ਫਿਰ ਤੁਸੀਂ ਸਾਡੇ ਵਰਗੇ ਕੋਲ ਪੈਸੇ ਕੱਢੀ ਜਾਂਦੇ ਨਹੀਂ ਨਹੀਂ ਦੇਖੋ ਪੈਸੇ ਮੈਂ ਓਕੇ ਮੈਂ ਅਸੀਂ ਪੈਸੇ ਕਿੱਥੋਂ ਕੱਢਦੇ ਪਏ ਹਾਂ ਜਿਹੜੀ ਇਹ ਬਹੁਤ ਵਧੀਆ ਸਵਾਲ ਆ ਨਾ ਜੇ ਤੁਸੀਂ ਕਹੋ ਮੈਂ ਉਹ ਪਹਿਲਾਂ ਦੀ ਗਲਤੀ ਆਉਂਦਾ ਅਸੀਂ ਕੱਢਦੇ ਪਏ ਹਾਂ ਕੁਆਂਟਿਟੀ ਤੋਂ ਜੇ ਉੱਥੇ 15000 ਬੰਦਾ ਇਕੱਠਾ ਹੋਇਆ 15000 ਦੇ ਵਿੱਚੋਂ 50 ਵੀ ਸਾਡੇ ਕਲਾਇੰਟ ਬਣ ਗਏ ਸਾਡੇ ਪੈਸੇ ਪੂਰੇ ਆ ਅਸੀਂ ਥੋੜ੍ਹਾ ਥੋੜ੍ਹਾ ਕਰ ਲਾਂਗੇ ਉਹ 50 ਨੂੰ ਵੀ ਅਸੀਂ ਵੱਢਣਾ ਨਹੀਂ ਗਾ ਕਿ ਅਸੀਂ 10-10000 ਕਮਾ ਲਿਆ ਉਹਨਾਂ ਤੋਂ ਵੀ ਜੇ ਅਸੀਂ 500 ਜਾਂ 1000 ਕਮਾਉਂਦੇ ਹਾਂ ਤਾਂ 25000 ਜਾਂ 50000 ਬਣਦਾ ਤਾਂ ਸਾਡੇ ਲਈ ਉਹ ਇਨਫ ਆ ਠੀਕ ਹੈ ਨਾ ਉਹ ਅੱਜ ਨਹੀਂ ਆਉਣਗੇ ਤਾਂ ਉਹ ਕੱਲ੍ਹ ਆਉਣਗੇ ਕੱਲ੍ਹ ਨਾ ਆਏ ਤਾਂ ਉਹ ਕਿਸੇ ਨਾ ਕਿਸੇ ਨੂੰ ਦੱਸਣਗੇ ਕਿ ਯਾਰ ਉਹ ਮੋਟਰ ਕਲੱਬ ਉੱਥੇ ਖੁੱਲ੍ਹਿਆ ਗਾ ਉਹ ਕਾਰਾਂ ਦੀ ਡੀਲਰਸ਼ਿਪ ਉਹ ਬੰਦੇ ਵਧੀਆ ਜਾਂ ਕੁਛ ਵੀ ਕਿਤੇ ਨਾ ਕਿਤੇ ਉਹ ਸਾਡੇ ਕਲਾਇੰਟ ਬਣਦੇ ਆ ਅੱਜ ਫਾਇਦਾ ਨਾ ਹੋਊ ਤਾਂ ਕਿਤੇ ਨਾ ਕਿਤੇ ਜਾ ਕੇ ਸਾਡਾ ਫਾਇਦਾ ਹੀ ਹੋਊਗਾ ਬਟ ਇਹ ਨਹੀਂ ਕਿ ਜੇ ਅਸੀਂ ਸਪੌਂਸਰ ਕਰਦੇ ਹਾਂ ਤਾਂ ਉਹ ਇੱਕ ਬੰਦੇ ਜਾਂ ਤੁਹਾਡੇ ਤੋਂ ਕੱਢਦੇ ਹਾਂ ਇੱਦਾਂ ਦੀ ਕੋਈ ਗੱਲ ਨਹੀਂ ਘਰੋਂ ਵੀ ਕਈ ਵਾਰ ਤੁਹਾਨੂੰ ਖਰਚਣੇ ਪੈਂਦੇ ਆ ਤਾਂ ਬੇਸਿਕਲੀ ਅਸੀਂ ਘਰੋਂ ਹੀ ਖਰਚਦੇ ਹਾਂ ਬਾਕੀ ਇੰਨੀ ਸਜਾਈ ਬੋਲੀ ਜਾਂਦੇ ਕੱਲ੍ਹ ਇਹਨਾਂ ਚੱਕਰ ਪੈ ਜਾਵੇ ਕਿ ਡੀਲਰਸ਼ਿਪ ਐਕਚੁਅਲੀ ਕੰਮ ਤਾਂ ਬਿਜ਼ਨਸ ਦਾ ਬਿਜ਼ਨਸ ਹੈ ਨਾ ਜਦੋਂ ਚਲੋ ਆਪਾਂ ਹੁਣ ਇਨਫੋਰਮੇਸ਼ਨ ਦੇ ਰਹੇ ਹਾਂ ਸੱਚ ਬੋਲਣਾ ਵੀ ਜ਼ਰੂਰੀ ਹੈ ਜੀ ਬਿਲਕੁਲ ਠੀਕ ਹੈ ਚਲੋ ਇੰਨਾ ਵੀ ਨਹੀਂ ਬੋਲੀਦਾ ਬਟ ਆਪਾਂ ਹਰੇਕ ਜਿਹੜੇ ਵੀ ਭਰਾ ਆਪਾਂ ਨੂੰ ਜਾਣਦੇ ਉਹਨਾਂ ਨੂੰ ਪਤਾ ਹੈਗਾ ਕਿ ਆਪਾਂ ਪਹਿਲੇ ਦਿਨ ਤੋਂ ਟਰਾਂਸਪੇਰੈਂਟ ਰਹਿ ਕੇ ਹੀ ਚੱਲਦੇ ਆ ਅਤੇ ਚੱਲਦੇ ਵੀ ਟਰਾਂਸਪੇਰੈਂਟ ਰਹਿ ਕੇ ਹੀ ਚੱਲਾਂਗੇ ਠੀਕ ਹੈ ਨਾ ਕਿਉਂਕਿ ਆਪਣਾ ਉਹ ਹੈ ਨਹੀਂ ਗਾ ਬੇਸਿਕਲੀ ਅਸੀਂ ਵੀ ਉੱਥੋਂ ਹੀ ਉੱਠੇ ਹਾਂ ਜਿੱਥੇ ਅੱਜ ਕੱਲ੍ਹ ਅਸੀਂ ਲੋਕਾਂ ਨੂੰ ਵੇਖਦੇ ਹਾਂ ਠੀਕ ਹੈ ਜੇ ਉਹ ਅੱਜ ਮਿਹਨਤ ਕਰ ਰਹੇ ਹਾਂ ਤਾਂ ਅਸੀਂ ਵੀ ਮਿਹਨਤ ਕਰਕੇ ਹੀ ਅੱਗੇ ਆਏ ਹਾਂ ਤਾਂ ਸਾਨੂੰ ਪਤਾ ਹੈਗਾ ਕਿੰਨੀ ਹਾਰਡ ਆ ਮਿਹਨਤ ਠੀਕ ਆ ਅਸੀਂ ਉਹ ਚੀਜ਼ਾਂ 'ਚੋਂ ਨਹੀਂ ਹਾਂ ਅੱਜ ਆਪਦੇ ਕੰਮ ਖੋਲ੍ਹ ਲਏ ਆ ਬਟ ਉਹ ਕੰਮ ਖੋਲ੍ਹੇ ਕਿੰਨਾ ਦੀ ਬਦੌਲਤ ਆ ਉਹਨਾਂ ਭਰਾਵਾਂ ਦੀ ਬਦੌਲਤ ਦੀ ਅਤੇ ਅਸੀਂ ਚਾਹੁੰਦੇ ਹਾਂ ਉਹ ਵੀ ਕੱਲ੍ਹ ਨੂੰ ਸਾਡੇ ਵਾਂਗੂ ਤਰੱਕੀ ਕਰਨ ਮਿਹਨਤ ਕਰਨ ਹੋਰ ਅੱਗੇ ਸਾਡੇ ਤੋਂ ਵੀ ਅੱਗੇ ਜਾਣ ਠੀਕ ਹੈ ਨਾ ਜੇ ਕਿਸੇ ਨੂੰ ਹੈਲਪ ਦੀ ਵੀ ਲੋੜ ਆ ਤਾਂ ਵੀ ਸਾਨੂੰ ਆ ਕਈ ਡੀਲਰਸ਼ਿਪਾਂ ਨਵੀਆਂ ਵਾਲੇ ਆਏ ਆ ਮੇਰੇ ਕੋਲ ਕਿ ਵੀਰੇ ਆਹ ਦੱਸੋ ਉਹ ਦੱਸੋ ਜਿਹੜੇ ਸਾਡੇ ਤੋਂ ਵੀ ਨਵੇਂ ਆ ਨਾ ਕਈਆਂ ਨੇ ਨਹੀਂ ਹੁੰਦਾ ਡੀਲਰਸ਼ਿਪ ਸਾਡੀ ਬਿਲਕੁਲ ਨਹੀਂ ਹੋ ਸਕਦੀ ਪਰ ਸਾਡਾ ਐਕਸਪੀਰੀਅੰਸ ਥੋੜ੍ਹਾ ਜਿਹਾ ਪੁਰਾਣਾ ਹੋ ਗਿਆ ਤਾਂ ਬਿਲਕੁਲ ਕਈ ਭਰਾ ਪੁੱਛਦੇ ਆ ਨਾ ਕਿਸੇ ਨੂੰ ਲੋੜ ਆ ਬਿਲਕੁਲ ਆਪਾਂ ਹੈਲਪ ਕਰਦੇ ਹਾਂ ਨਾਲ ਖੜਦੇ ਹਾਂ ਫਿਰ ਸਾਡੀ ਇੱਕ ਹੋਰ ਹੈਲਪ ਕਰੋ ਹਾਂਜੀ ਦੱਸੋ ਜਿਹੜੇ ਨਵੇਂ ਬੰਦੇ ਨੇ ਗੱਡੀ ਲੈਣੀ ਹੈ ਲੈਸੇ ਹਾਂਜੀ ਉਹ ਕੀ ਸੋਚ ਕੇ ਗੱਡੀ ਲਵੇ ਵਟ ਇਜ਼ ਅ ਰਾਈਟ ਏਜ ਕਹਿ ਲਓ ਸਹੀ ਏਜ ਕੀ ਹੈ ਗੱਡੀ ਲੈਣ ਦੀ ਜਾਂ ਏਜ ਕਹਿ ਲਓ ਜਾਂ ਐਜ਼ ਅ ਸਟੂਡੈਂਟ ਕਦੋਂ ਕੁ ਗੱਡੀ ਲਈ ਜਾਵੇ ਐਂਡ ਕਿੱਦਾਂ ਦੀ ਗੱਡੀ ਲਈ ਜਾਵੇ ਦੇਖੋ ਹੁਣ ਇਹ ਬੰਦੇ ਬੰਦੇ ਡਿਪੈਂਡ ਕਰਦਾ ਮੇਰੇ ਕਈ ਬ੍ਰਦਰ ਸਿਸਟਰ ਆਏ ਹੈ ਨਾ ਉਹਨਾਂ ਨੂੰ ਅਸੀਂ ਆਉਂਦੇ ਸਾਰ ਹੀ ਗੱਡੀ ਲੈਤੀ ਉਹਦਾ ਰੀਜ਼ਨ ਕੀ ਸੀਗਾ ਜੇ ਅਸੀਂ ਆਉਂਦੇ ਸਾਰ ਛੋਟੀ ਗੱਡੀ ਲੈਤੀ ਮੈਂ ਨਹੀਂ ਕਹਿੰਦਾ ਵੱਡੀ ਗੱਡੀ ਲਓ ਗੱਡੀ 'ਤੇ ਤੁਹਾਨੂੰ ਕੰਮ ਬਹੁਤ ਮਿਲ ਸਕਦਾ ਠੀਕ ਹੈ ਮੈਂ ਕਈ ਬੱਚਿਆਂ ਨੂੰ ਜਾਣਦਾ ਗਾ ਜਿਹੜੇ ਦਿਨ ਰਾਤ ਰਾਈਡਾਂ ਹੀ ਲਾ ਕੇ ਆਪਦੇ ਪੈਸੇ ਪੂਰੇ ਕਰਦੇ ਆ ਠੀਕ ਹੈ ਨਾ ਕਈ ਸਟੂਡੈਂਟਸ ਨੇ ਦੂਰ ਜਾਣਾ ਹੁੰਦਾ ਉਹਨਾਂ ਨੂੰ ਛੱਡ ਕੇ ਆਉਂਦੇ ਉਹਨਾਂ ਨੂੰ ਵਾਪਸ ਲੈ ਕੇ ਆਉਂਦੇ ਆ ਉੱਥੋਂ ਪੈਸੇ ਬਣਾਈ ਜਾਂਦੇ ਆ ਊਬਰ ਈਟਸ ਕਰਦੇ ਪਏ ਆ ਸਕਿੱਪ ਕਰਦੇ ਪਏ ਆ ਡੋਰ ਡੈਸ਼ ਕਰਦੇ ਪਏ ਆ ਐਮਾਜ਼ੋਨ ਦੀਆਂ ਡਿਲੀਵਰੀਆਂ ਲਾ ਰਹੇ ਆ ਉਹ ਕਾਹਦੇ 'ਤੇ ਹੁੰਦਾ ਗੱਡੀ 'ਤੇ ਇਹ ਆਪਾਂ ਨੂੰ ਕੀ ਦੱਸਿਆ ਜਾਂਦਾ ਕਿ ਗੱਡੀ ਕਿਉਂ ਲੈ ਲਈ ਖਰਚੇ ਵੱਧ ਗਏ
खर्चे वधे आ नाल तुहाडी इनकम भी वधदी आ बट हाँ ये भी नहीं कि तुसी आपदे पैर उन्ने क पसारो जिन्नी कि चादर आ जे तुहानू लगदा कि नहीं तुसी किते होर काम करके पैसे बना सकदे आ फिर गड्डी दा पंगा नहीं लैना चाहीदा बट हाँ तुहाडा लिंक हैगा तुहानू पहलां काम दा पता करो कि आह काम तुसी कर पाओगे तो तुहानू गड्डी भी लैनी चाहीदी इहदे च कोई गलत गल नहीं कि तुसी आउंदे गड्डी लै लो जां स्टूडेंट गड्डी लै ले जां कोई एज आ एज इत्थे कोई गल नहीं मैं कई स्टूडेंट वेखदा जिन्हां नू तीन तीन महीने ही हुए आया उन्होंने रैलेटिव इत्थे आ उन्हां दे नाम ते गड्डियां लै लैंदे आ ते मेहनत करदे आ ते प्रॉपर गड्डी चला के खर्चे भी कढ़दे आ पिछला कर्जा भी लाउंदे आ इत्थे भी फीसां कढ़दे आ तां गड्डी हैल्प करदी आ मैनूं नहीं लगदा इह कोई माड़ी गल आ कि गड्डी तुसीं आउंदे ही हाँ कई बार आपां इह बिल्कुल गलत गल आ आउंदे सारी वड्डी गड्डी लै लो जिहदे तुसीं कम भी नहीं कर सकदे सिर्फ शौक पूरन लई शौक घरदिआं दे पैसे ते पूरे ना करो साडू साडे घरदिआं ने भिंचिआ असीं अज इत्थे खड़े हाँ मैं आपदी मदर करके जां मैं आपदे डैड करके खड़ा गा बट असी उन्हां तों पैसे मंगा मंगा के आपदे शौक पूरे करिए वो अपने लिए गलत गल आ हुण की आ सानू चाहीदा इत्थे कि असी आपदे पैसे कमा के उन्हां नूं शौक पूरे करिए तां वो असी जरूरी नहीं गड्डी ते भी पैसे पूरे कर सकते हैं कमा सकते हैं वेयर हाउसों के भी कर सकते हैं ज किसी रेस्टोरेंट से ज होर बहुत कुछ चलता पाया अच्छा अज के जमाने के डिजिटल बहुत कुछ आ गया तुम घर बैठे पैसे बना सकते हैं जिसे को दिमाग है ना मेहनत ना मैनू नहीं लगता गड्डी लैना कित भी कोई एज ज कुछ गलत गल है ठीक है पर मेरे हम गल करते पे कि कई बंद है ना अपने पेरेंट्स ना गड्डी लै लेंगे या किसी रिश्तेदार के उ गड्डी लै लेंगे है ना सो को साइनर हो गया बेसिकली बिल्कुल सो को साइनर का की सीन होंगे तो प्रोसैस की होंगे ओके को साइनर का यह भी थोड़ा जहा मुद्दा कन्फ्यूजिंग आ किसी पता नहीं गा कई लोग तो बहुत डरते कई लोग मैं ये भी देखना कि आते कि हनी सानू गड्डी चाहिए आ साडा मुंडा आया नवा मेरे नाते ही करते कई लोग इन्ने भी चंगे आ बट वो जेडे चंगे नहीं उन्ना वो चंगे क्यों नहीं रहे वो अपने ही कुछ लोगों की गलती है कई बार आप किसी गड्डी दवा दें वो किश्त नहीं भरते जो गड्डी खराब कर देंगे एक्सीडेंट कर देंगे बाद चो क्लेम को साइनर से भी बोलता रहता जिहड़ियां किश्तां को साइनर तो भी नूं भी भरनियां पैंदियां रैकेट उहदा भी खराब हुंदा तां उत्थे जाके वह काम खराब हो जाता वैसे को साइनर एक बहुत वड्डी हैल्प आ मैं भी को साइनर रहा मेरा भी कोई को साइनर रहा बट साडा कदे भी रिलेशन खराब नहीं होया असी आए साडी भी कई बार गड्डी हो सकदा ना अप्रूव होई होवे साडे किसे बंदे दी असी भी को साइनर पाया बट उहनां दा रिलेशन टाइम टू टाइम किश्तां भरियां दो साल बाद जां डेढ़ साल बाद उन्होंने कढ़ता जां उन्होंने गड्डी वेचती जां को साइनर दे गड्डी लैनी सी तां उन्होंने को साइनर बन गए बहुत कुछ डिपेंड करता बट ये कुछ गलत नहीं गा ये बहुत वड्डी हैल्प आ तुहाडे किसी भरा दी सज्जन दी को साइनर बनना बट हाँ अपने कुछ लोगों जिवें मैं तुहानूं दस्सिया इहनूं थोड़ा जिहा ये भी एक रिश्ता को साइनर बनना तो रिश्ते नूं खराब करता भरोसा उठ गया क्योंकि फिर की है एक केस हुंदा दो हुंदा वो मीडिया ते आउंदा वो मीडिया नैगेटिव गल ज़्यादा चकदी है वो ये नहीं दसदे कि हाँ जी किसी का भला भी हो सकता तुसीं कोसनर बनोगे तो वह वधिया होगा वह काम कर पाऊगा पर जे किसी ने खराब करता किसी ने किश्तां नहीं भरी आ तो कोसनर का रैकड खराब हो गया मीडिया वह गल ज़्यादा चकदी है असीं कई बार वेखदे आ कोसनर तो बचो कोसनर ना बनायो इत्थे भी आउंदे कई लोग कि वीरे उन्होंने पुछ भी लईदा कि वीरे तुसीं किवें ना 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 को साइनर नहीं बनना डिटेल भी नहीं सानू कुछ पूछन भी नहीं दिंदे आपके बारे उन्होंने आए हों कि को साइनर ही ना बना बट वो गलती साड़ी ही कुछ लोगों सो हूँ एज वैसे मैं थोड़े को जाते एक ना एक सवाल जरूरी है हाँ जी तुम एज हम मैं लग गया पता प्रोटेस्ट कह लो स्पॉन्सरशिप्स होर स्टूडेंटा दे लई बहुत कुछ चल रहा बट अज के शो तो बाद एज अ स्टूडेंट कस्टमर दे बेस के उत्ते किन्नी की उन्होंने कर सकते हो देखो जी साडे भरा साडे कोल पहला भी आउंदे आ सब नूं पता है ना हुण भी आउण किते कुछ उन्हां नूं लगदा कि सानूं ऑफ चाहीदी आ सानूं गड्डी बाहरों महंगी मिलदी आ हनी भरा सस्ती लभ के दो आपां उह करांगे उस तों वी वड्डी गल इह आ कि आपां उन्हां दा रैकड खराब नहीं करांगे साडा उह काम नहीं उह क्यों असीं उह चीज़ क्यों सोचदे आ पहलां जदों वी कोई कस्टमर आउंदा उहनूं मैं आपदे आप नूं उहदी थां ते वेखदा कि यार कल नूं मैं भी इंज ही जांदा सीगा इंज ही गड्डी मैं कितों लिती सीगी है ना मेरे नाल धक्का होया जां धक्का हुंदा तां मैनूं किदां दा लगदा जदों तुसीं इह चीज़ां सोचण लग पैंदे आ तुसीं किसे नाल धक्का नहीं करदे तां असीं उवें सोच के काम करीदा असीं जिहड़े मेरे भरा नूं गड्डी चाहीदी आ है ना साडे कोल आवे लोएसट इंट्रस्ट रेट मिलेगा उहनूं सस्ती तों सस्ती गड्डी मिलेगी
क्लेम फ्री मिलेगी, जे क्लेम होगा तो दस के दिता जाऊगा, ठीक है। होर भी जो भी चीज़ा होनगियां उन्होंने प्रॉपर समझा के प्रॉपर आपदे कोले बिठा के दिखा के काम किया जाऊगा। तो जिवें मैं तुहानूं दस्सिया जिन्हां दा 700-750 प्लस रैकेट हुंदा उन्हां दा ही पुल भी नहीं करदे, दूजिया का पुल सानूं तां करना पैंदा, सानूं पता लग जांदा बंदे दा आपां कह दिंदे आ बेसिकली किन्ने क पानी चा, सानूं उन्हां दे रैकेट दा पता लग जांदा किन्ने क पानी चा, की हिटां गईआं, कित्थे गए आ, किहड़ी बैंक 'च नहीं पाउणा, किहड़ी 'च पाउणा गा। तां बेसिकली गल इह आ कि आपां पूरी हैल्प करांगे। इदों अलावा भी किसी कोई हैल्प चाहिए हो, जरूरी नहीं कि गड्डिया के काम के वैसे भी किसी हैल्प चाहिए होने एक जोगे हो गए हैं कि आप किसी भरा की हैल्प कर सकते हैं जो तो मर्जी साढ़े को ले आओ, कोई दिक्कत नहीं है ना। बहुत वही गल उदा की है ना, तुम आप वैसे गल तो कर बैठे थे कि किसी बिजनेस बारे, पर तुम कह रहे हो कि यार कोई भी हैल्प की लड़ है, कोई भी किसी चीज़ में भी एक्चुअली जो मैं भी तुम्हें फोन किया भी यही कहते कोई चक्कर नहीं यार, अब आप मिलते हैं है ना, आप गलबात करते कोई चक्कर नहीं है। सो थैंक यू वीरे अज के शो लई बहुत बहुत धन्यवाद, जिहड़ी जिन्नी भी तुसीं इनफॉर्मेशन सानूं प्रोवाइड कीती मैनूं इदां लगदा यार मेरे कल्ले लई नहीं बहुत लोकां दे जिहड़े ओह सवाल है उन्हां दे जवाब मिल जाने इस वीडियो दे। बिल्कुल बिल्कुल, बेसिकली मैं कहना चाहुंदा मीडिया देखना जरूरी भी है, सोशल मीडिया ना, बट इन्ना भी ना आपां देखिए कि आपां हर चीज़ नूं सच मन्नण लग पईए, ठीक है ना। अजकल की आ ट्रोल वगैरह ये चीज़ां बहुत चलदियां, उन्हां तों आपां थोड़ा जिहा दूर रह के लोग देखण तां वधिया गल आ, सवाल जिहड़ा लोकां दे लैंदे आ ना उन्हां ने बहुत सारी इंडस्ट्री नूं खराब करता, इह साडी इंडस्ट्री नूं भी कीता गा। कई बार साढ़े भी लोगों की गलती है, असं ऐड करते करते कुछ एवजा कह दें कि लोग फड़ लेंगे, बट ट्रोल्स तो इन चीज़ों तो दूर रहना चाहिए, उन्हें मैनू नहीं लगता भोरा भी सच्चाई होंगी है ना। बाकी किसी भी कदों भी हैल्प चाहिए आ, अपरूवल चाहिए आ, सही जगह आ सकता चक्कर ठीक है। थैंक यू। सो अज का जो पॉडकास्ट आ इनफोरमेन तो जरूर हैगी है, पर जो बंदे नवी डीलरशिप जिदा हम बई दसदा कि यार पिछले 2 महीनों 10-12 नवी डीलरशिप खुल गई, एक्चुअली मो होर भी हो सकती हैं, पर जिहड़ा बंदा हुण नवा भेद पाउणा चाहुंदा कह लो उहदे लई इह वीडियो काफ़ी हद तक कोई इनफोरमेशन हैगी है, राइट। एंड दूजी गल सानू मैनूं इदां लगदा कि यार हुण सच्चाई थोड़ी जी पता लगेगी कि बैक एंड ते है की आ कारा दी डीलरशिप दे पिछे, होर रीला देख लिया वो देख लिया वो तो चीज़ आप बहुत देख लें, पर इदा की वीडियो देखने का सानू इनफोरमेशन चाहिए है बेसिकली, वो इनफोरमेशन दूजिया चीज़ों च नहीं मिलती। जो किसी बंदे नाल बह के जिहड़ा बंदा इस काम दे विच पिया होया उहदे तो जो गलबात सुनी दी है ना फिर पता लगता कि यार किन्नी सच्चाई आ ते किन्ना क इहदे विच कह लो डूंघाई है इस इंडस्ट्री दे विच।